ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਆਪਣੇ ਵੀਰ ਭਰਾਵਾਂ ਨੂੰ, ਅਤੇ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ। ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਪਰਮਾਤਮਾ ਸਾਰਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੇ। ਅਤੇ ਕੱਲ੍ਹ ਆਪਾਂ ਵੀਡੀਓ ਜਿਹੜੀ ਉਹ ਨਹੀਂ ਅਪਲੋਡ ਕਰ ਸਕੇ ਕਿਸੇ ਕਾਰਨ ਕਰਕੇ, ਅਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਜਿਹੜੇ ਤੁਹਾਡੇ ਜਵਾਬ ਦੇਵਾਂਗੇ। ਅਤੇ ਕਾਫੀ ਵੀਰਾਂ ਭਰਾਵਾਂ ਦੇ ਕਮੈਂਟ ਸੀਗੇ, ਅਤੇ ਬਹੁਤ ਸਾਰੇ ਕਮੈਂਟਾਂ ਦੇ ਜਵਾਬ ਜਿਹੜੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਵਰ ਕਰਾਂਗੇ। ਅਤੇ ਵੀਡੀਓ ਨੂੰ ਤੁਸੀਂ ਲਾਸਟ ਤੱਕ ਜ਼ਰੂਰ ਦੇਖਿਆ ਕਰੋ, ਕਿਉਂਕਿ ਕਾਫੀ ਵੀਰਾਂ ਦੇ ਜਿਹੜੇ ਕਮੈਂਟਾਂ ਦੇ ਜਵਾਬ ਵੀਡੀਓ ਦੇ ਵਿੱਚ ਹੀ ਹੁੰਦੇ ਆ। ਅਤੇ ਇਸ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਆ ਕਰੋ। ਅਤੇ ਜਿਹੜੇ ਵੀ ਇਹ ਚੈਨਲ 'ਤੇ ਨਵੇਂ ਆਏ ਆ, ਸਭ ਤੋਂ ਪਹਿਲਾਂ ਜਿਹੜਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ, ਅਤੇ ਘੰਟੀ ਵਾਲੇ ਬਟਨ ਨੂੰ ਵੀ ਆਲ 'ਤੇ ਜ਼ਰੂਰ ਪ੍ਰੈਸ ਕਰ ਲਿਆ ਕਰੋ, ਤਾਂ ਜੋ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ, ਅਤੇ ਜੇਕਰ ਕੋਈ ਵੀ ਨਵੀਂ ਅਪਡੇਟ ਆਉਂਦੀ ਆ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਅਪੁਆਇੰਟਮੈਂਟਾਂ ਦੀ। ਬਹੁਤ ਸਾਰੇ ਵੀਰਾਂ ਨੇ ਜਿਹੜੇ ਕਮੈਂਟਾਂ ਦੇ ਵਿੱਚ ਅਪੁਆਇੰਟਮੈਂਟ ਨੂੰ ਲੈ ਕੇ ਬਹੁਤ ਸਾਰੇ ਸਵਾਲ ਆਉਂਦੇ ਆ, ਅਤੇ ਅਪੁਆਇੰਟਮੈਂਟਾਂ ਜਿਹੜੀਆਂ ਹੈਗੀਆਂ ਉਹ ਜਲਦੀ ਹੁਣ ਓਪਨ ਹੋਣ ਜਾ ਰਹੀਆਂ ਆ। ਅਤੇ ਤੁਸੀਂ ਜਿਹੜਾ ਧਿਆਨ ਰੱਖਿਓ ਕਿ ਅਪੁਆਇੰਟਮੈਂਟ ਜਿਹੜੀ ਹੈ ਕਦੋਂ ਵੀ ਓਪਨ ਹੋ ਸਕਦੀ ਆ, ਅੱਜ ਵੀ ਓਪਨ ਹੋ ਸਕਦੀ ਆ, ਕੱਲ੍ਹ ਵੀ, ਅਤੇ ਆਉਣ ਵਾਲੇ ਹਫ਼ਤੇ ਦੇ ਵਿੱਚ ਵੀ ਜਿਹੜੀ ਇਹ ਅਪੁਆਇੰਟਮੈਂਟ ਜ਼ਰੂਰ ਓਪਨ ਹੋਊਗੀ। ਅਤੇ ਕਾਫੀ ਵੀਰਾਂ ਦੀ ਜਿਹੜੀ ਹੈਗੀ ਆ ਜਨਵਰੀ ਤੋਂ ਲੈ ਕੇ ਹਜੇ ਤੱਕ ਜਿਹੜੇ ਕਾਫੀ ਵੀਰਾਂ ਨੂੰ ਅਪੁਆਇੰਟਮੈਂਟਾਂ ਨਹੀਂ ਮਿਲੀਆਂ, ਅਤੇ ਨੂਲੇ ਉਸਤੇ ਜਿਹੜੇ ਉਹਨਾਂ ਦੇ ਐਕਸਪਾਇਰ ਹੋਣ ਤੱਕ ਆ ਚੁੱਕੇ ਆ, ਅਤੇ ਲਗਭਗ ਹੁਣ ਜਲਦੀ ਅਪੁਆਇੰਟਮੈਂਟਾਂ ਇਹ ਓਪਨ ਹੋਣ ਜਾ ਰਹੀਆਂ ਹੈ, ਅਤੇ ਤੁਸੀਂ ਧਿਆਨ ਰੱਖਿਓ। ਅਤੇ ਕਾਫੀ ਵੀਰਾਂ ਦਾ ਸਵਾਲ ਆਉਂਦਾ ਹੈ ਕਿ ਅਪੁਆਇੰਟਮੈਂਟ ਕਿਵੇਂ ਲੈ ਸਕਦੇ ਹਾਂ, ਅਤੇ ਅਪੁਆਇੰਟਮੈਂਟ ਲੈਣ ਦੇ ਲਈ ਏਜੰਟ ਜਿਹੜੇ ਆ ਉਹ ਪੈਸੇ ਵੀ ਬਹੁਤ ਮੰਗ ਰਹੇ ਆ, 40-40 50-50 ਹਜ਼ਾਰ ਰੁਪਈਆ ਵੀ ਏਜੰਟ ਮੰਗ ਰਹੇ ਆ। ਅਤੇ ਅਪੁਆਇੰਟਮੈਂਟ ਲੈਣ ਦੇ ਲਈ ਬਹੁਤ ਘੱਟ ਪੈਸੇ ਲੱਗਦੇ ਆ, ਅਪੁਆਇੰਟਮੈਂਟ ਜਿਹੜੀ ਇਹ ਤੁਸੀਂ ਆਪ ਵੀ ਚੱਕ ਸਕਦੇ ਆ। ਇਸ ਦੇ ਲਈ ਤੁਹਾਨੂੰ BFS ਜਿਹੜੀ ਆ ਗਲੋਬਲ ਜਿਹੜੀ ਸਾਈਟ ਆ ਉਹਦੇ ਉੱਤੇ ਜਾਣਾ ਪੈਣਾ, ਅਤੇ ਉੱਥੇ ਆਪਣਾ ਜਿਹੜਾ ਰਜਿਸਟ੍ਰੇਸ਼ਨ ਤੁਹਾਨੂੰ ਕਰਨੀ ਪੈਣੀ ਆ, ਅਤੇ ਉਸ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਇਹ ਅਪੁਆਇੰਟਮੈਂਟ ਆਪ ਵੀ ਚੱਕ ਸਕਦੇ ਆ। ਅਤੇ ਹੁਣ ਜਿਹੜੇ ਏਜੰਟ ਆ, ਜੇਕਰ ਤੁਹਾਨੂੰ ਕਹਿੰਦੇ ਆ ਕਿ ਤੁਹਾਨੂੰ ਤੁਸੀਂ ਥੋੜ੍ਹੇ ਜਿਹਾ ਤੁਸੀਂ ਸਾਨੂੰ ਜ਼ਿਆਦਾ ਪੈਸੇ ਦੇ ਦਿਓ, ਅਸੀਂ ਤੁਹਾਨੂੰ ਅਪੁਆਇੰਟਮੈਂਟ ਪਹਿਲਾਂ ਲੈ ਦੇਵਾਂਗੇ, ਤਾਂ ਹੁਣ ਤੁਸੀਂ ਇਦਾਂ ਦੇ ਚੱਕਰਾਂ ਦੇ ਵਿੱਚ ਜਿਹੜਾ ਉਹ ਬਿਲਕੁਲ ਬਿਨਾਂ ਫਸਿਓ, ਕਿਉਂਕਿ ਅਪੁਆਇੰਟਮੈਂਟ ਜਿਹੜੀ ਆ ਜਲਦੀ ਹੁਣ ਓਪਨ ਹੋਣ ਜਾ ਰਹੀਆਂ ਆ। ਅਤੇ ਜਦ ਵੀ ਅਪੁਆਇੰਟਮੈਂਟਾਂ ਓਪਨ ਹੋਣਗੀਆਂ ਤਾਂ ਸਾਰੇ ਵੀਰਾਂ ਨੂੰ ਜਿਹੜੀਆਂ ਉਹ ਜ਼ਰੂਰ ਮਿਲੂਗੀਆਂ। ਅਤੇ ਅਪੁਆਇੰਟਮੈਂਟਾਂ ਜਿਹੜੀਆਂ ਇਹ ਫੇਕ ਹੋਣ ਦਾ ਵੀ ਕਾਫੀ ਡਰ ਹੁੰਦਾ, ਇਸ ਕਰਕੇ ਤੁਸੀਂ ਸਾਰੇ ਵੀਰ ਜਿਹੜੇ ਉਹ ਧਿਆਨ ਰੱਖਿਓ, ਤਾਂ ਜੋ ਤੁਹਾਨੂੰ ਫੇਕ ਅਪੁਆਇੰਟਮੈਂਟ ਉਹ ਨਾ ਮਿਲ ਸਕੇ, ਅਤੇ ਏਜੰਟਾਂ ਕੋਲੋਂ ਥੋੜ੍ਹਾ ਜਿਹਾ ਤੁਸੀਂ ਬਚ ਕੇ ਰਿਹਾ ਕਰੋ। ਅਤੇ ਇਸ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਜਿਹੜੇ ਆਪਣੇ ਵੀਰਾਂ ਭਰਾਵਾਂ ਨੇ ਸਾਲ ਵਾਲੇ ਅਤੇ ਡੋਮੈਸਟਿਕ ਪੇਪਰ ਭਰਾਏ ਹੋ ਆ। ਹੁਣ ਬਹੁਤ ਵੀਰਾਂ ਦੇ ਜਿਹੜੇ ਇਹ ਪੇਪਰ ਆ ਨਿਕਲ ਚੁੱਕੇ ਆ, ਅਤੇ ਬਹੁਤ ਵੀਰਾਂ ਦੇ ਹਜੇ ਜਿਹੜੇ ਇਹ ਪੇਪਰ ਆ ਨਹੀਂ ਵੀ ਨਿਕਲੇ। ਅਤੇ ਕਾਫੀ ਵੀਰਾਂ ਦਾ ਸਵਾਲ ਆਉਂਦਾ ਹੈ ਕਿ ਪੇਪਰ ਜਿਹੜੇ ਹੈਗੇ ਆ ਉਹਨਾਂ ਨੂੰ ਏਜੰਟ ਨੂੰ ਉਹਨਾਂ ਨੇ ਪੇਪਰ ਭੇਜ ਦਿੱਤੇ, ਉਹ ਜਿਹੜੇ ਹੋਰ ਪੇਪਰ ਮੰਗਿਆ, ਅਤੇ ਕਦੋਂ ਕੁ ਤੱਕ ਉਹਨਾਂ ਨੇ ਜਿਹੜੇ ਇਹ ਪੇਪਰ ਨਿਕਲ ਸਕਦੇ ਆ। ਅਤੇ ਜੇਕਰ ਹੁਣ ਗੱਲ ਕਰ ਲਈਏ ਪੇਪਰ ਜਿਹੜੇ ਹੈਗੇ ਆ ਸਰਕਾਰ ਵੱਲੋਂ ਕਿਉਂ ਮੰਗੇ ਜਾਂਦੇ ਆ, ਕਿਉਂਕਿ ਜਿਹੜੇ ਇਹ ਸਾਲ ਵਾਲੇ ਅਤੇ ਡੋਮੈਸਟਿਕ ਪੇਪਰ ਹੁੰਦੇ ਆ, ਇਹਨਾਂ ਨਾਲ ਹੋਰ ਵੀ ਜਿਹੜੇ ਆ ਕਾਫੀ ਪੇਪਰ ਲਗਾਉਣੇ ਪੈਂਦੇ ਆ। ਅਤੇ ਜਦੋਂ ਤੁਹਾਡਾ ਏਜੰਟ ਪੇਪਰ ਭਰਦਾ ਹੈ ਉਸ ਸਮੇਂ ਜਿਹੜੇ ਆ ਇਹ ਸਾਰੇ ਪੇਪਰ ਨਹੀਂ ਲਗਾਉਂਦਾ, ਕਿਉਂਕਿ ਕੋਈ ਨਹੀਂ ਪਤਾ ਹੁੰਦਾ ਕਿ ਤੁਹਾਡੇ ਜਿਹੜੇ ਪੇਪਰ ਆ ਕੋਟੇ ਵਿੱਚ ਆਉਣੇ ਆ ਜਾਂ ਨਹੀਂ, ਤੁਹਾਡੇ ਪੇਪਰ ਨਿਕਲਣੇ ਆ ਜਾਂ ਨਹੀਂ। ਅਤੇ ਇਸ ਕਰਕੇ ਤੁਹਾਡਾ ਜਿਹੜਾ ਏਜੰਟ ਆ ਉਹ ਸਾਰੇ ਪੇਪਰ ਨਾਲ ਨਹੀਂ ਲਗਾਉਂਦਾ, ਅਤੇ ਜਦੋਂ ਪੇਪਰ ਜਿਹੜੇ ਇਹ ਕੋਟੇ ਵਿੱਚ ਆ ਜਾਂਦੇ ਆ ਤਾਂ ਉਸ ਤੋਂ ਬਾਅਦ ਸਰਕਾਰ ਵੱਲੋਂ ਜਿਹੜੀ ਇੱਕ ਈਮੇਲ ਭੇਜੀ ਜਾਂਦੀ ਆ ਜਿਹੜੇ ਮਾਲਕ ਨੇ ਪੇਪਰ ਭਰੇ ਹੋ ਆ, ਅਤੇ ਉਹਨੂੰ ਈਮੇਲ ਦੇ ਵਿੱਚ ਦੱਸਿਆ ਹੁੰਦਾ ਹੈ ਕਿ ਕਿਹੜੇ ਕਿਹੜੇ ਤੁਸੀਂ ਆਪਣੇ ਪੇਪਰ ਆ ਜਿਹੜੇ ਤੁਹਾਡੇ ਘੱਟ ਆ ਅਤੇ ਤੁਸੀਂ ਜਮ੍ਹਾਂ ਕਰਾਓ। ਅਤੇ ਜਦੋਂ ਮਾਲਕ ਤੁਹਾਡੇ ਸਾਰੇ ਪੇਪਰ ਜਮ੍ਹਾਂ ਕਰਾ ਦਿੰਦਾ, ਅਤੇ ਉਸ ਤੋਂ ਬਾਅਦ ਜਿਹੜਾ ਅੱਗੇ ਪ੍ਰੋਸੈਸ ਸ਼ੁਰੂ ਹੋ ਜਾਂਦਾ ਪੇਪਰਾਂ ਦਾ, ਅਤੇ ਜੇਕਰ ਸਾਰੇ ਪੇਪਰ ਠੀਕ ਨਿਕਲਦੇ ਆ ਹਫ਼ਤੇ ਦੇ ਬਾਅਦ ਬਾਅਦ ਤੁਹਾਨੂੰ ਜਿਹੜੀ ਆ ਅੱਗੇ ਤੁਹਾਡਾ ਨੂਲਾ ਉਸਤਾ ਜਿਹੜਾ ਉਹ ਜਾਰੀ ਹੋ ਜਾਂਦਾ। ਅਤੇ ਜੇਕਰ ਫਿਰ ਵੀ ਪੇਪਰਾਂ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਆਉਂਦੀ ਆ ਤਾਂ ਫਿਰ ਜਿਹੜੇ ਆ ਪੇਪਰ ਇਹ ਕਈ ਵਾਰ ਰਿਜੈਕਟ ਵੀ ਕਰ ਦਿੱਤੇ ਜਾਂਦੇ ਆ, ਪਰ ਪੇਪਰ ਰਿਜੈਕਟ ਕਰਨ ਦੇ ਜਿਹੜੇ ਚਾਂਸ ਆ ਬਹੁਤ ਘੱਟ ਹੁੰਦੇ ਆ, ਕਿਉਂਕਿ ਜੇਕਰ ਤੁਹਾਡਾ ਏਜੰਟ ਜਿਹੜਾ ਹੈ ਪੇਪਰ ਨਹੀਂ ਸਮਝ ਸਹੀ ਜਮ੍ਹਾਂ ਕਰਾਉਂਦਾ ਫਿਰ ਹੀ ਪੇਪਰ ਜਿਹੜੇ ਇਹ ਰਿਜੈਕਟ ਕੀਤੇ ਜਾਂਦੇ ਆ। ਅਤੇ ਉਸ ਤੋਂ ਬਾਅਦ ਜੇਕਰ ਸਭ ਕੁਝ ਸਹੀ ਆ ਤਾਂ ਤੁਹਾਡਾ ਜਿਹੜਾ ਨੂਲਾ ਉਸਤਾ ਉਹ ਜਾਰੀ ਕਰ ਦਿੱਤਾ ਜਾਂਦਾ ਆ।
ਅਤੇ ਜੇਕਰ ਏਜੰਟ ਜਾਂ ਮਾਲਕ ਦਿੱਤੇ ਹੋਏ ਸਮੇਂ ਤੱਕ ਇਹ ਵਾਲੇ ਪੇਪਰ ਜਿਹੜੇ ਨਹੀਂ ਜਮ੍ਹਾਂ ਕਰਾਉਂਦੇ ਤਾਂ ਇਹ ਵਾਲੇ ਜਿਹੜੇ ਪੇਪਰ ਉਹ ਕੈਂਸਲ ਕਰਕੇ ਇਸ ਤੋਂ ਬਾਅਦ ਹੋਰ ਕਿਸੇ ਬੀਜ ਦੇ ਜਿਹੜੇ ਆ ਪੇਪਰ ਉਹ ਕੱਢਣ ਦੇ ਲਈ ਜਿਹੜੇ ਆ ਸ਼ੁਰੂ ਕਰ ਦਿੱਤਾ ਜਾਂਦਾ ਪ੍ਰੋਸੈਸ। ਅਤੇ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹੈਗੇ ਆ ਜੀ ਟਾਈਮਿੰਗ ਦੀ, ਕਿਉਂਕਿ ਕਾਫੀ ਬੀਜਾਂ ਦੀ ਜਿਹੜੀ ਟਾਈਮਿੰਗ ਆ ਪੇਪਰ ਭਰ ਹੋਣ ਦੀ ਕਾਫੀ ਵਧੀਆ, ਅਤੇ ਹਜੇ ਤੱਕ ਜਿਹੜੇ ਉਹਨਾਂ ਦੇ ਪੇਪਰ ਉਹ ਨਹੀਂ ਨਿਕਲੇ। ਅਤੇ ਜਿਹੜੇ ਬੀਜਾਂ ਦੀ ਟਾਈਮਿੰਗ ਵਧੀਆ ਆ ਕਾਫੀ ਬੀਜਾਂ ਦੇ ਜਿਹੜੇ ਉਹ ਪੇਪਰ ਨਿਕਲ ਵੀ ਚੁੱਕੇ ਆ, ਅਤੇ ਜਿਨ੍ਹਾਂ ਬੀਜਾਂ ਦੀ ਟਾਈਮਿੰਗ ਵਧੀਆ ਹਜੇ ਪੇਪਰ ਨਹੀਂ ਨਿਕਲੇ ਅਤੇ ਉਹ ਵੀ ਹਜੇ ਥੋੜ੍ਹਾ ਜਿਹਾ ਵੇਟ ਕਰ ਲਓ, ਤੁਹਾਡੇ ਵੀ ਜਿਹੜੇ ਆ ਉਹ ਪੇਪਰ ਉਹ ਜ਼ਰੂਰ ਨਿਕਲ ਸਕਦੇ ਆ। ਅਤੇ ਜਿਹੜੇ ਬੀਜਾਂ ਨੇ 9 ਮਹੀਨੇ ਵਾਲੇ ਪੇਪਰ ਭਰਾਏ ਹੋ ਆ, ਅਤੇ ਕਾਫੀ ਬੀਜਾਂ ਦੇ ਇਹ ਵੀ ਪੇਪਰ ਜਿਹੜੇ ਆ ਪਹਿਲੇ ਜਿਵੇਂ ਕਿ ਕੋਟਾ ਜਿਵੇਂ ਵੰਡਿਆ ਗਿਆ ਸੀਗਾ ਉਹਦੇ ਵਿੱਚ ਕਾਫੀ ਬੀਜਾਂ ਦੇ ਜਿਹੜੇ ਉਹ ਪੇਪਰ ਨਿਕਲੇ ਆ, ਅਤੇ ਕਈਆਂ ਦੀ ਟਾਈਮਿੰਗ ਲੇਟ ਸੀਗੀ ਉਹਨਾਂ ਦੇ ਵੀ ਪੇਪਰ ਜਿਹੜੇ ਆ ਬਹੁਤ ਬੀਜਾਂ ਦੇ ਨਿਕਲੇ ਆ। ਅਤੇ 9 ਮਹੀਨੇ ਵਾਲੇ ਪੇਪਰਾਂ ਦੇ ਲਈ ਹਜੇ ਇੱਕ ਹੋਰ ਲਿਸਟ ਜਿਹੜੀ ਆ ਸਰਕਾਰ ਵੱਲੋਂ ਜਾਰੀ ਕੀਤੀ ਜਾਊਗੀ, ਹਜੇ ਉਹ ਲਿਸਟ ਜਿਹੜੀ ਆ ਨਹੀਂ ਆਈ, ਅਤੇ ਜਦੋਂ ਵੀ ਉਹ ਲਿਸਟ ਆਉਂਦੀ ਆ ਆਪਾਂ ਤੁਹਾਡੇ ਨਾਲ ਜਿਹੜਾ ਉਹ ਜ਼ਰੂਰ ਸ਼ੇਅਰ ਕਰਾਂਗੇ, ਕਿਉਂਕਿ ਬਹੁਤ ਉਮੀਦ ਆ ਵੀਰਾਂ ਨੂੰ, ਕਿਉਂਕਿ ਜਿਨ੍ਹਾਂ ਦੀ ਟਾਈਮਿੰਗ ਵਧੀਆ ਅਤੇ ਹਜੇ ਉਹਨਾਂ ਦੇ ਕਈ ਵੀਰਾਂ ਦੇ ਪੇਪਰ ਜਿਹੜੇ ਉਹ ਨਹੀਂ ਨਿਕਲੇ। ਅਤੇ ਇਸ ਕਰਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲੇ ਜਿਹੜਾ ਬਟਨ ਨੂੰ ਆਲ 'ਤੇ ਜ਼ਰੂਰ ਪ੍ਰੈਸ ਕਰ ਲਿਓ, ਤਾਂ ਜੋ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਅਤੇ ਨਵੀਂ ਤੋਂ ਨਵੀਂ ਅਪਡੇਟ ਤੁਹਾਡੇ ਤੱਕ ਜਿਹੜੀ ਉਹ ਪਹੁੰਚ ਸਕੇ। ਅਤੇ ਕਾਫੀ ਵੀਰਾਂ ਨੇ ਜਿਹੜੇ ਪੇਪਰ ਭਰਾਏ ਹੋ ਹੈਗੇ ਆ ਜੀ ਕਨਵਰ ਸਿਉਣੇ ਵਾਲੇ, ਅਤੇ ਕਨਵਰ ਸਿਉਣੇ ਵਾਲੇ ਪੇਪਰਾਂ ਦਾ ਵੀ ਜਿਹੜਾ ਬਹੁਤ ਕਮੈਂਟ ਆਉਂਦੇ ਆ, ਅਤੇ ਕਨਵਰ ਸਿਉਣੇ ਵਾਲੇ ਪੇਪਰ ਜਿਹੜੇ ਉਹ ਵੀ ਨਿਕਲਣੇ ਸ਼ੁਰੂ ਹੋ ਚੁੱਕੇ ਆ। ਅਤੇ ਖਾਸ 2024 ਦੇ ਲਈ ਸਰਕਾਰ ਨੇ ਜਿਹੜਾ ਆ ਕਨਵਰ ਸਿਉਣੇ ਵਾਲਾ ਕੋਟਾ 2300 ਦੇ ਕਰੀਬ ਲਗਭਗ ਜਿਹੜਾ ਕੋਟਾ ਸਾਲ 2024 ਮਾਰਚ ਮਹੀਨੇ ਵਾਲੇ ਪੇਪਰਾਂ ਦੇ ਲਈ ਜਿਹੜਾ ਉਹ ਵਧਾ ਦਿੱਤਾ ਗਿਆ ਸੀਗਾ। ਅਤੇ ਇਸ ਵਾਰ ਜਿਹੜਾ ਆ ਥੋੜ੍ਹੀ ਹੋਰ ਉਮੀਦ ਆ ਕਾਫੀ ਵੀਰਾਂ ਨੇ ਜਿਹੜੇ ਉਹ ਪੇਪਰ ਨਿਕਲਣ ਦੀ, ਜਿਹੜਿਆਂ ਨੇ 9 ਮਹੀਨੇ ਤੋਂ ਨੋਰਮਲ ਸਲਜੋਨ ਉਹਦੇ ਵਿੱਚ ਚੇਂਜ ਕਰਾਉਣੀ ਸੀਗੀ। ਅਤੇ ਇਸ ਤੋਂ ਬਾਅਦ ਜਿਹੜੇ ਵੀ ਬੀਜਾਂ ਦੇ ਪੇਪਰ ਨਹੀਂ ਨਿਕਲੇ ਅਤੇ ਘਬਰਾਉਣ ਦੀ ਜਿਹੜੀ ਕੋਈ ਵੀ ਲੋੜ ਨਹੀਂ, ਕਿਉਂਕਿ ਅਗਲੀ ਵਾਰ ਜਿਹੜੇ ਆ ਹੋਰ ਵੀ ਜ਼ਿਆਦਾ ਕੋਟਾ ਹੋਊਗਾ ਜਦੋਂ ਪੇਪਰ ਖੁੱਲ੍ਹਣਗੇ। ਅਤੇ ਹੁਣ ਕਾਫੀ ਬੀਜਾਂ ਦਾ ਸਵਾਲ ਆਉਂਦਾ ਹੈ ਕਿ ਪੇਪਰ ਜਿਹੜੇ ਇਹ ਕਦੋਂ ਖੁੱਲ੍ਹਣਗੇ, ਅਤੇ ਹੁਣ ਜਿਹੜੇ ਇਹ ਪੇਪਰ ਆ 2025 ਦੇ ਵਿੱਚ ਖੁੱਲ੍ਹਣਗੇ, ਫਰਵਰੀ ਮਹੀਨੇ ਵੀ ਖੁੱਲ੍ਹ ਸਕਦੇ ਆ ਅਤੇ ਮਾਰਚ ਮਹੀਨੇ ਵੀ ਖੁੱਲ੍ਹ ਸਕਦੇ ਆ, ਅਤੇ ਇਹ ਜਿਹੜਾ ਹੈਗਾ ਅੱਗੇ ਪਿੱਛੇ ਹੋ ਸਕਦਾ ਹੈ। ਅਤੇ ਜਦੋਂ ਅਸੀਂ ਨੇੜੇ ਜਾਵਾਂਗੇ ਉਦੋਂ ਤੁਹਾਨੂੰ ਜਿਹੜਾ ਹੈ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਅਤੇ 2025 ਦੇ ਵਿੱਚ ਪੇਪਰਾਂ ਦਾ ਕੋਟਾ ਜਿਹੜਾ ਆ ਉਹ 2 ਸਾਲਾਂ ਦੇ ਨਾਲੋਂ ਸਭ ਤੋਂ ਜ਼ਿਆਦਾ ਹੋਊਗਾ, ਅਤੇ ਕਾਫੀ ਜਿਹੜੀ ਉਮੀਦ ਆ ਵੀਰਾਂ ਨੂੰ। ਅਤੇ ਉਮੀਦ ਕਰਦੇ ਹਾਂ ਕਿ ਜਿਹੜੀਆਂ ਇਸ ਵਾਰ ਪ੍ਰੋਬਲਮ ਆਈਆਂ 2025 ਦੇ ਵਿੱਚ, ਇਹ ਪ੍ਰੋਬਲਮ ਆ ਜਿਹੜੀਆਂ ਨਾ ਦੇਖਣ ਨੂੰ ਮਿਲਣ, ਜਿਵੇਂ ਕਿ ਸਾਈਟ ਬਲੌਕ ਹੋਣ ਦਾ ਚੱਕਰ ਜਿਹੜਾ ਕਾਫੀ ਪੈ ਗਿਆ ਸੀਗਾ, ਜਿਹਦੇ ਨਾਲ ਕਾਫੀ ਵੀਰਾਂ ਦੀ ਟਾਈਮਿੰਗ ਜਿਹੜੀ ਲੇਟ ਆਈ ਆ, ਅਤੇ ਕਈ ਏਜੰਟਾਂ ਤੋਂ ਜਿਹੜੇ ਆ ਪੇਪਰ ਆਪਣੇ ਵੱਲੋਂ ਹੀ ਉਹਨਾਂ ਨੇ ਲੇਟ ਟਾਈਮਿੰਗ 'ਤੇ ਭਰ ਹੋਏ ਆ, ਅਤੇ ਉਹਨਾਂ ਨੇ ਸਾਈਟ ਬਲੌਕ ਹੋਣ ਦਾ ਜਿਹੜਾ ਉਹ ਨਾਂ ਲਾ ਦਿੱਤਾ ਆ। ਅਤੇ ਜਿਹੜੀ ਸਾਈਟ ਆ ਕੁਝ ਜ਼ਿਆਦਾ ਸਮੇਂ ਦੇ ਲਈ ਬਲੌਕ ਨਹੀਂ ਹੋਈ ਸੀਗੀ, ਅਤੇ ਸਿਰਫ ਲਗਭਗ ਆਪਾਂ ਵੱਧ ਤੋਂ ਵੱਧ ਮੰਨ ਕੇ ਚੱਲੀਏ 1 ਮਿੰਟ ਵੱਧ ਤੋਂ ਵੱਧ ਬਲੌਕ ਰਹੀ ਹੋਊਗੀ, ਜੇਕਰ ਆਪਾਂ ਵੱਧ ਤੋਂ ਵੱਧ ਦੇਖ ਲਈਏ ਇਸ ਤੋਂ ਜ਼ਿਆਦਾ ਜਿਹੜੀ ਇਹ ਸਾਈਟ ਬਲੌਕ ਨਹੀਂ ਰਹੀ ਹੋਊਗੀ। ਅਤੇ ਕਾਫੀ ਏਜੰਟ ਆ ਜਿਹੜਿਆਂ ਦੀ ਟਾਈਮਿੰਗ ਕਾਫੀ ਲੇਟ ਆ, ਅਤੇ ਉਹਨਾਂ ਵੀਰਾਂ ਨੂੰ ਕਹਿ ਦਿੱਤਾ ਗਿਆ ਕਿ ਤੁਹਾਡੀ ਜਿਹੜੀ ਆ ਟਾਈਮਿੰਗ ਇਸ ਕਰਕੇ ਲੇਟ ਆਈ ਆ ਕਿਉਂਕਿ ਸਾਈਟ ਜਿਹੜੀ ਬਹੁਤ ਜ਼ਿਆਦਾ ਬਲੌਕ ਸੀਗੀ। ਅਤੇ ਜੇਕਰ ਆਪਾਂ ਦੇਖ ਲਈਏ ਲਗਭਗ ਸਾਰਿਆਂ ਦੀ ਟਾਈਮਿੰਗ ਜਿਹੜੀ ਆ ਸਾਰਿਆਂ ਜ਼ਿਲ੍ਹਿਆਂ ਦੇ ਵਿੱਚੋਂ ਕਾਫੀ ਵਧੀਆ ਆ, ਅਤੇ ਕਾਫੀ ਵੀਰਾਂ ਦੀ ਟਾਈਮਿੰਗ ਜਿਹੜੀ ਉਹ ਲੇਟ ਵੀ ਆ। ਅਤੇ ਜਦ ਵੀ ਤੁਸੀਂ ਪੇਪਰ ਭਰਾਉਂਦੇ ਹੁੰਦੇ ਆ ਪਹਿਲਾਂ ਏਜੰਟ ਬਾਰੇ ਚੰਗੀ ਤਰ੍ਹਾਂ ਪਤਾ ਕਰ ਲਿਆ ਕਰੋ, ਉਸ ਤੋਂ ਬਾਅਦ ਹੀ ਜਿਹੜਾ ਉਹਨੂੰ ਪੇਪਰ ਭਰਾਉਣ ਦੇ ਲਈ ਕਿਹਾ ਕਰੋ, ਕਿਉਂਕਿ ਬਾਅਦ ਦੇ ਵਿੱਚ ਜਿਹੜੀ ਆ ਕਾਫੀ ਵੀਰਾਂ ਨੂੰ ਪ੍ਰੋਬਲਮ ਇਸ ਨਾਲ ਬਹੁਤ ਆਉਂਦੀ ਆ, ਕਿਉਂਕਿ ਕਈ ਏਜੰਟ ਜਿਹੜੇ ਹੈਗੇ ਆ ਰਸੀਦਾਂ ਨਹੀਂ ਦਿੰਦੇ ਲੋਕਾਂ ਨੂੰ, ਅਤੇ ਉਸ ਤੋਂ ਬਾਅਦ ਉਹ ਸਾਨੂੰ ਵੀ ਮੈਸੇਜ ਕਰਦੇ ਆ ਕਿ ਏਜੰਟ ਨੇ ਜਿਹੜੀ ਉਹ ਰਸੀਦ ਨਹੀਂ ਦਿੱਤੀ। ਅਤੇ ਇਸ ਕਰਕੇ ਜਦੋਂ ਵੀ ਤੁਸੀਂ ਪੇਪਰ ਭਰਾਉਣੇ ਹੁੰਦੇ ਆ ਪਹਿਲਾਂ ਹੀ ਏਜੰਟ ਨੂੰ ਜਿਹੜਾ ਚੰਗੀ ਤਰ੍ਹਾਂ ਦੇਖ ਸੁਣ ਕੇ ਏਜੰਟ ਨੂੰ ਪੈਸੇ ਦਿਆ ਕਰੋ। ਅਤੇ ਇਸ ਤੋਂ ਬਾਅਦ ਹੁਣ ਦੇਖਦੇ ਹਾਂ ਜਿਹੜੇ ਤੁਹਾਡੇ ਦੁਆਰਾ ਕੀਤੇ ਜਾਂਦੇ ਵੀਡੀਓ ਦੇ ਥੱਲੇ ਕਮੈਂਟ, ਅਤੇ ਕਾਫੀ ਵੀਰਾਂ ਦੇ ਜਿਹੜੇ ਕਮੈਂਟ ਆਉਂਦੇ ਆ, ਅਤੇ ਇਸ ਕਰਕੇ ਵੀਡੀਓ ਥੋੜ੍ਹੀ ਜਿਹੀ ਲੰਬੀ ਹੋ ਜਾਂਦੀ ਆ, ਅਸੀਂ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਕਮੈਂਟ ਆ ਉਹਨਾਂ ਨੂੰ ਕਵਰ ਕਰਨ ਦੀ ਪੂਰੀ ਕੋਸ਼ਿਸ਼ ਕਰੀਦੀ ਆ, ਇਸ ਕਰਕੇ ਵੀਡੀਓ ਥੋੜ੍ਹੀ ਜਿਹੀ ਲੰਬੀ ਜ਼ਰੂਰ ਹੋ ਜਾਂਦੀ ਆ। ਅਤੇ ਤੁਸੀਂ ਦੇਖਿਆ ਕਰੋ ਪੂਰੀ ਵੀਡੀਓ, ਜੇਕਰ ਤੁਹਾਡੇ ਕਮੈਂਟ ਦਾ ਜਵਾਬ ਵੀਡੀਓ ਦੇ ਵਿੱਚ ਨਹੀਂ ਹੁੰਦਾ ਤਾਂ ਤੁਸੀਂ ਸਾਨੂੰ ਇੰਸਟਾਗ੍ਰਾਮ ਉੱਤੇ ਜਾ ਕੇ ਫੋਲੋ ਕਰਕੇ ਉੱਥੇ ਜਾ ਕੇ ਮੈਸੇਜ ਦੇ ਵਿੱਚ ਕੋਈ ਵੀ ਜਿਹੜਾ ਉਹ ਸਵਾਲ ਜਵਾਬ ਪੁੱਛ ਸਕਦੇ ਆ।
ਅਤੇ ਜਦੋਂ ਵੀ ਤੁਸੀਂ ਇਟਲੀ ਦੇ ਵਿੱਚ ਆ ਜਾਂਦੇ ਆ ਤੁਹਾਡੇ ਲਈ ਜਿਹੜੀਆਂ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਆ, ਪਹਿਲੇ ਨੰਬਰ 'ਤੇ ਹੈਗਾ ਆ ਤੁਹਾਡੀ ਪੇਪਰ ਬਣਨੇ, ਤੁਸੀਂ ਇੱਥੇ ਪੱਕੇ ਹੋਵੋ, ਇਹ ਬਹੁਤ ਜ਼ਰੂਰੀ ਆ। ਅਤੇ ਉਸ ਤੋਂ ਬਾਅਦ ਦੂਜੇ ਨੰਬਰ 'ਤੇ ਹੈਗੇ ਆ ਜੀ ਲੈਂਗੁਏਜ, ਤੁਹਾਨੂੰ ਭਾਸ਼ਾ ਜਿਹੜੀ ਆਉਣੀ ਬਹੁਤ ਜ਼ਰੂਰੀ ਆ। ਅਤੇ ਇਸ ਦੇ ਲਈ ਅਸੀਂ ਸਪੈਸ਼ਲ ਜਿਹੜਾ ਇੱਕ ਤੁਹਾਡੇ ਲਈ ਚੈਨਲ ਬਣਾਇਆ, ਜਿਹੜੇ ਆਪਣੇ ਵੀਰ ਭਰਾ ਇਟਲੀ ਨੂੰ ਆ ਰਹੇ ਆ, ਅਤੇ ਉਹਦਾ ਲਿੰਕ ਜਿਹੜਾ ਹੈਗਾ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੱਤਾ ਆ। ਅਤੇ ਚੈਨਲ ਦਾ ਨੇਮ ਹੈਗਾ ਜੀ ਇਟਾਲੀਅਨ ਪੰਜਾਬੀ, ਅਤੇ ਉਸ ਚੈਨਲ ਦੇ ਉੱਤੇ ਤੁਸੀਂ ਜਾ ਕੇ ਇਟਾਲੀਅਨ ਲੈਂਗੁਏਜ ਜਿਹੜੀ ਉਹ ਪੰਜਾਬੀ ਦੇ ਵਿੱਚ ਸਿੱਖ ਸਕਦੇ ਆ, ਤਾਂ ਜੋ ਇੱਥੇ ਆ ਕੇ ਤੁਹਾਨੂੰ ਬਾਅਦ ਦੇ ਵਿੱਚ ਕੋਈ ਵੀ ਪ੍ਰੋਬਲਮ ਨਾ ਆਵੇ ਕੰਮਕਾਰ ਕਰਨ ਦੇ ਵਿੱਚ। ਅਤੇ ਇਸ ਤੋਂ ਬਾਅਦ ਹੁਣ ਆਪਾਂ ਤੁਹਾਡੇ ਕਮੈਂਟਾਂ ਵੱਲ ਚੱਲਦੇ ਹੈਗੇ ਹਾਂ ਜੀ। ਸਭ ਤੋਂ ਪਹਿਲਾ ਕਮੈਂਟ ਹੈਗਾ ਆ ਗਿੱਲ ਸਾਹਿਬ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਵੀਰ ਸੀ ਈ ਤੋਂ ਇਹਨਾਂ ਨੇ ਪੇਪਰ ਭਰੇ ਸੀਗੇ ਸਾਲ ਵਾਲੇ ਜਿਹੜੇ ਪੇਪਰ ਸੀਗੇ, ਅਤੇ ਟਾਈਮਿੰਗ ਹੈਗੀ ਆ 9:02 'ਤੇ ਪੇਪਰ ਇਹਨਾਂ ਦੇ ਭਰ ਹੋਏ ਸੀ। ਟਾਈਮਿੰਗ ਜਿਹੜੀ ਇਹਨਾਂ ਦੀ ਬਹੁਤ ਵਧੀਆ ਹੈ ਪੇਪਰ ਭਰ ਹੋਣ ਦੀ, ਅਤੇ ਕਹਿੰਦੇ ਹੈਗੇ ਆ ਕਦੋਂ ਕੁ ਤੱਕ ਜਿਹੜੇ ਇਹ ਪੇਪਰ ਨਿਕਲ ਸਕਦੇ ਆ। ਅਤੇ ਸਭ ਤੋਂ ਪਹਿਲਾਂ ਜੀ ਆਪਾਂ ਦੇਖ ਲੈਂਦੇ ਹੈਗੇ ਆ ਸੀ ਈ, ਸੀ ਈ ਦਾ ਮਤਲਬ ਹੁੰਦਾ ਹੈਗਾ ਜੀ ਕਸੇਰਤਾ, ਕਸੇਰਤੇ ਤੋਂ ਪੇਪਰ ਭਰ ਹੋਏ ਆ। ਟਾਈਮਿੰਗ ਇਹਨਾਂ ਦੀ ਬਹੁਤ ਵਧੀਆ ਹੈ, ਅਤੇ ਸਾਲ ਵਾਲੇ ਪੇਪਰਾਂ ਦਾ ਕੋਟਾ ਕਸੇਰਤੇ ਤੋਂ ਹੈਗਾ ਜੀ 250, ਅਤੇ ਚਾਂਸ ਬਿਲਕੁਲ ਹੈਗੇ ਆ ਵੀਰ ਇਹਨਾਂ ਦੇ ਪੇਪਰ ਨਿਕਲਣ ਦੇ। ਅਤੇ ਥੋੜ੍ਹੀ ਜਿਹੀ ਤੁਸੀਂ ਹੋਰ ਵੇਟ ਕਰ ਲਓ, ਤੁਹਾਡੇ ਜਿਹੜੇ ਪੇਪਰ ਉਹ ਜ਼ਰੂਰ ਨਿਕਲੂਗੇ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਆ ਜੀ ਹਰਦੀਪ ਕੌਰ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਵੀਰ ਜੀ SICT ਤੋਂ ਅਪਡੇਟ ਸਾਲ ਵਾਲੇ ਪੇਪਰਾਂ ਦੀ ਕਹਿੰਦੇ ਕੋਈ। ਅਤੇ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਕਿ ਸਾਲ ਵਾਲੇ ਅਤੇ ਡੋਮੈਸਟਿਕ ਪੇਪਰ ਜਿਹੜੇ ਆ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਉਹ ਨਿਕਲਣੇ ਸ਼ੁਰੂ ਹੋ ਚੁੱਕੇ ਆ। ਅਤੇ SI ਦਾ ਮਤਲਬ ਹੈਗਾ ਜੀ ਸੀਏਨਾ, ਸੀਏਨਾ ਤੋਂ ਤੁਹਾਡੇ ਜਿਹੜੇ ਉਹ ਪੇਪਰ ਭਰ ਹੋਏ ਆ ਸਾਲ ਵਾਲੇ, ਅਤੇ ਸੀਏਨਾ ਦੇ ਉੱਤੋਂ ਸਾਲ ਵਾਲੇ ਪੇਪਰਾਂ ਦਾ ਜਿਹੜਾ ਕੋਟਾ ਹੈਗਾ ਉਹ ਹੈਗਾ ਜੀ ਸਿਰਫ 10। ਅਤੇ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਸੀਗਾ ਕਿ ਇੱਕ ਸਪੈਸ਼ਲ ਕੋਟਾ ਰੱਖਿਆ ਗਿਆ ਸੀਗਾ ਸਿਰਫ ਇੰਡੀਆ ਦੇ ਲਈ ਜਿਹੜਾ, ਅਤੇ ਉਹਦੇ ਵਿੱਚ ਇਹ ਕੋਟਾ ਰੱਖਿਆ ਹੈਗਾ ਜੀ ਇਹ ਵੀ 10 ਹੀ ਆ। ਅਤੇ ਟੋਟਲ ਮਿਲਾ ਕੇ ਇਹ ਕੋਟਾ ਸੀਏਨਾ ਦੇ ਲਈ ਜਿਹੜਾ ਉਹ 20 ਕੋਟਾ ਹੋ ਗਿਆ। ਅਤੇ ਤੁਹਾਡੀ ਟਾਈਮਿੰਗ ਦੇ ਉੱਤੇ ਡਿਪੈਂਡ ਆ ਕਿ ਤੁਹਾਡੇ ਜਿਹੜੇ ਪੇਪਰ ਆ ਉਹ ਨਿਕਲਣੇ ਆ ਜਾਂ ਨਹੀਂ। ਜੇਕਰ ਤੁਹਾਡੀ ਟਾਈਮਿੰਗ ਵਧੀਆ ਤਾਂ ਤੁਹਾਡੇ ਜਿਹੜੇ ਆ ਪੇਪਰ ਉਹ ਜ਼ਰੂਰ ਨਿਕਲੂਗੇ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਸੁਰਿੰਦਰ ਸਿੰਘ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਮੇਰੇ ਪੇਪਰ ਫੋਜਾ 12 ਤੋਂ ਕਹਿੰਦੇ ਭਰ ਹੋਏ ਸੀਗੇ December 2023 ਦੇ ਵਿੱਚ, ਅਤੇ ਟਾਈਮਿੰਗ ਕਹਿੰਦੇ ਹੈਗੇ ਆ 9:18 ਆ ਅਤੇ ਭਰੇ ਸੀਗੇ। ਅਤੇ ਤੁਹਾਡੇ ਹਿਸਾਬ ਦੇ ਨਾਲ ਕਹਿੰਦੇ ਜਿਹੜੇ ਇਹ ਪੇਪਰ ਆ ਕੋਟਾ ਤਾਂ ਕਹਿੰਦੇ ਵਾਧੂ ਸੀਗਾ, ਪਰ ਪੇਪਰ ਨਿਕਲਣ ਦੇ ਚਾਂਸ ਹੈਗੇ ਆ ਜਾਂ ਆਸ ਛੱਡ ਦੇਈਏ। ਅਤੇ ਟਾਈਮਿੰਗ ਜਿਹੜੀ ਆ ਤੁਹਾਡੀ ਉਹ ਥੋੜ੍ਹੀ ਜਿਹੀ ਲੇਟ ਤਾਂ ਜ਼ਰੂਰ ਆ, ਕੋਟਾ ਜ਼ਿਆਦਾ ਹੋਣ ਕਰਕੇ ਤੁਹਾਡੇ ਜਿਹੜੇ ਆ ਪੇਪਰ ਉਹ ਨਿਕਲ ਜ਼ਰੂਰ ਸਕਦੇ ਆ। ਪਰ ਜੇਕਰ ਤੁਸੀਂ ਸਹੀ ਇੱਕ ਤਰੀਕੇ ਨਾਲ ਕਨਫਰਮ ਕਰਨਾ ਆ ਤਾਂ ਤੁਸੀਂ ਆਪਣੇ ਏਜੰਟ ਨੂੰ ਪੁੱਛਿਓ ਕਿ ਤੁਹਾਡੇ ਜਿਹੜੇ ਪੇਪਰ ਆ ਜਿਹੜੀ ID ਦੇ ਨਾਲ ਤੁਹਾਡੇ ਪੇਪਰ ਭਰੇ ਗਏ, ਉਸ ID ਦੇ ਨਾਲ ਚੈੱਕ ਕਰੇ ਕਿ ਤੁਹਾਡੇ ਪੇਪਰਾਂ ਦਾ ਜਿਹੜਾ ਕੀ ਪ੍ਰੋਸੈਸ ਚੱਲ ਰਿਹਾ ਆ। ਕਿਉਂਕਿ ਜਿਹੜੇ ਹੁਣ ਇਹ ਦਸੰਬਰ ਵਾਲੇ ਪੇਪਰ ਆ ਬਹੁਤ ਵੀਰਾਂ ਦੇ ਜਿਹੜੇ ਇਹ ਪੇਪਰ ਨਿਕਲ ਤਾਂ ਰਹੇ ਆ, ਕਿਉਂਕਿ ਹੁਣ ਸਰਕਾਰ ਨੇ ਜਿਹੜਾ ਦਸੰਬਰ ਵਾਲੇ ਪੇਪਰਾਂ ਦੇ ਲਈ ਇੱਕ ਹੋਰ ਕੋਟੇ ਦੀ ਲਿਸਟ ਜਾਰੀ ਕੀਤੀ ਸੀਗੀ, ਜਿਹਦੇ ਵਿੱਚ 9 ਮਹੀਨੇ ਵਾਲੇ ਪੇਪਰ ਵੀ ਸੀਗੇ, ਸਾਲ ਵਾਲੇ ਪੇਪਰ ਵੀ ਸੀਗੇ, ਅਤੇ ਡੋਮੈਸਟਿਕ ਪੇਪਰਾਂ ਦਾ ਕੋਟਾ ਜਿਹੜਾ ਵੰਡਿਆ ਗਿਆ ਸੀਗਾ। ਅਤੇ ਹੁਣ ਤੁਸੀਂ ਇੱਕ ਵਾਰ ਆਪਣੇ ਏਜੰਟ ਦੇ ਨਾਲ ਜ਼ਰੂਰ ਗੱਲ ਕਰ ਲਿਓ ਤੁਹਾਡੇ ਪੇਪਰ ਜਿਹੜੇ ਇਸ ਵਾਰ ਕੋਟੇ ਵਿੱਚ ਆਏ ਆ ਜਾਂ ਨਹੀਂ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਆ ਜੀ ਭਾਵਨਾ, ਇਹਨਾਂ ਦਾ ਕਮੈਂਟ ਹੈਗਾ ਆ ਵੀਰ ਜੀ 2 December 2023 ਵਾਲੇ ਪੇਪਰ ਕਦੋਂ ਕੁ ਤੱਕ ਕਹਿੰਦੇ ਨਿਕਲੂਗੇ। ਅਤੇ ਆਪਾਂ ਤੁਹਾਡੇ ਨਾਲ ਜਿਵੇਂ ਕਿ ਪਹਿਲਾਂ ਵੀ ਸ਼ੇਅਰ ਕੀਤਾ ਸੀਗਾ ਕਿ ਜਿਹੜੇ ਕਾਫੀ ਆਪਣੇ ਵੀਰਾਂ ਦੇ ਦਸੰਬਰ ਵਾਲੇ ਪੇਪਰ ਵੀ ਨਿਕਲ ਰਹੇ ਆ, ਕਿਉਂਕਿ ਜਿਹੜੇ ਇਹ ਸਾਲ ਵਾਲੇ ਅਤੇ ਡੋਮੈਸਟਿਕ ਪੇਪਰ ਹੁੰਦੇ ਆ ਇਹਨਾਂ ਨੂੰ ਨਿਕਲਣ ਲਈ ਥੋੜ੍ਹਾ ਜਿਹਾ ਟਾਈਮ ਜ਼ਰੂਰ ਲੱਗ ਜਾਂਦਾ ਹੁੰਦਾ। ਜੇਕਰ ਤੁਹਾਡੇ ਪੇਪਰ ਕੋਟੇ ਵਿੱਚ ਆਏ ਆ ਤਾਂ ਤੁਹਾਡੇ ਜਿਹੜੇ ਪੇਪਰ ਉਹ ਜ਼ਰੂਰ ਨਿਕਲੂਗੇ, ਅਤੇ ਕਾਫੀ ਵੀਰਾਂ ਦੇ ਜਿਹੜੇ ਹੈਗੇ ਦਸੰਬਰ ਵਾਲੇ ਪੇਪਰ ਉਹ ਵੀ ਨਿਕਲ ਰਹੇ ਆ। ਅਤੇ ਜਿਵੇਂ ਕਿ ਇਸ ਵਾਰ ਸਰਕਾਰ ਨੇ ਹੋਰ ਲਿਸਟ ਜਾਰੀ ਕੀਤੀ ਸੀਗੀ, ਇਹਦੇ ਵਿੱਚ ਥੋੜ੍ਹਾ ਥੋੜ੍ਹਾ ਕੋਟਾ ਜਿਹੜਾ ਹੋਰ ਸਾਰੇ ਜ਼ਿਲ੍ਹਿਆਂ ਨੂੰ ਵੰਡਿਆ ਗਿਆ ਆ, ਅਤੇ ਇਸ ਕਰਕੇ ਤੁਸੀਂ ਆਪਣਾ ਜ਼ਿਲ੍ਹਾ ਵੀ ਦੱਸ ਸਕਦੇ ਹਾਂ ਅਤੇ ਆਪਾਂ ਤੁਹਾਨੂੰ ਜਿਹੜਾ ਕੋਟਾ ਵੀ ਦੱਸ ਦੇਵਾਂਗੇ ਕਿੰਨਾ ਕੋਟਾ ਹੈ ਉੱਥੋਂ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਹਿਮਾਚਲੀ ਏ ਬੁਆਏ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਆ ਪਾਰਮਾ ਸਿਟੀ ਦਾ ਜਿਹੜਾ ਕਿੰਨਾ ਕੋਟਾ ਆ।
ਅਤੇ ਪਾਰਮਾ ਸਿਟੀ ਦੇ ਵਿੱਚ ਜੇ ਆਪਾਂ ਦੇਖ ਲਈਏ ਜਿਹੜੇ 2024 ਮਾਰਚ ਮਹੀਨੇ ਵਾਲੇ ਪੇਪਰ ਭਰ ਹੋਏ ਸੀਗੇ ਇਹਦੇ ਲਈ ਜਿਹੜਾ ਤਾਂ ਸਾਲ ਵਾਲੇ ਪੇਪਰਾਂ ਦਾ ਕੋਟਾ ਹੈਗਾ ਉਹ ਹੈਗਾ ਜੀ 100, ਅਤੇ ਜਿਹੜੇ ਡੋਮੈਸਟਿਕ ਪੇਪਰਾਂ ਦਾ ਕੋਟਾ ਹੈਗਾ ਉਹ 50 ਆ, ਅਤੇ 9 ਮਹੀਨੇ ਵਾਲੇ ਪੇਪਰਾਂ ਦਾ ਕੋਟਾ ਜਿਹੜੇ ਮਾਲਕ ਵੱਲੋਂ ਭਰ ਹੋਏ ਆ ਉਹ ਹੈਗਾ ਆ 200, ਅਤੇ ਜਿਹੜੇ ਐਗਰੀਕਲਚਰ ਏਜੰਸੀਆਂ ਵੱਲੋਂ ਪੇਪਰ ਭਰ ਹੋਏ ਆ ਪਾਰਮੇ ਦੇ ਵਿੱਚ ਅਤੇ ਉਹ ਹੈਗਾ ਜੀ 100। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਸੰਭਾਰ ਪਾਗਾ, ਅਤੇ ਇਹਨਾਂ ਦਾ ਕਮੈਂਟ ਹੈਗਾ ਵੀ ਜੀ ਤਰਵੀਜੋ ਸਿਟੀ ਤੋਂ ਡੋਮੈਸਟਿਕ ਪੇਪਰ ਭਰੇ ਸੀਗੇ, ਟਾਈਮਿੰਗ ਹੈਗੀ ਆ 9:10 ਅਤੇ 52 ਸੈਕਿੰਡ, 21 ਮਾਰਚ 2024 ਵਾਲੇ ਕਹਿੰਦੇ ਪੇਪਰ ਸੀਗੇ। ਪਲੀਜ਼ ਕਹਿੰਦੇ ਜਾਣਕਾਰੀ ਜ਼ਰੂਰ ਦੱਸ ਦਿਓ ਕਹਿੰਦੇ ਕਦੋਂ ਕੁ ਤੱਕ ਜਿਹੜੇ ਇਹ ਪੇਪਰ ਨਿਕਲ ਸਕਦੇ ਆ। ਅਤੇ ਆਪਾਂ ਇੱਥੇ ਤੁਹਾਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਕਿਉਂਕਿ ਜਿਹੜੀ ਸੱਚਾਈ ਹੁੰਦੀ ਉਹੀ ਤੁਹਾਨੂੰ ਅਸੀਂ ਦੱਸਣ ਦੀ ਜਿਹੜੀ ਕੋਸ਼ਿਸ਼ ਕਰੀਦੀ ਆ, ਕਿਉਂਕਿ ਕਾਫੀ ਜਿਹੜੇ ਵੀਰ ਭਰਾ ਆ ਉਹ ਵੇਟ ਕਰਦੇ ਰਹਿੰਦੇ ਆ, ਅਤੇ ਕਈ ਵਾਰ ਤੁਹਾਡੇ ਕੋਲ ਏਜੰਟ ਜਿਹੜੇ ਆ ਪਹਿਲੇ ਪੈਸੇ ਮੰਗਣ ਲੱਗ ਪੈਂਦੇ ਆ ਕਿ ਤੁਸੀਂ ਸਾਨੂੰ ਪੈਸੇ ਦੇ ਦਿਓ, ਤੁਹਾਡੇ ਜਿਹੜੇ ਪੇਪਰ ਆ ਕੋਟੇ ਵਿੱਚ ਆ ਚੁੱਕੇ ਆ। ਅਤੇ ਆਪਾਂ ਤੁਹਾਨੂੰ ਦੱਸੀਦਾ ਕਿ ਹਰ ਵਾਰ ਦੀ ਤਰ੍ਹਾਂ ਕਿ ਤੁਸੀਂ ਜਿਹੜਾ ਆ ਪੇਪਰਾਂ ਜਦੋਂ ਤੁਹਾਡੇ ਹੱਥ ਵਿੱਚ ਨੂਲਾ ਉਸਤਾ ਆ ਜਾਂਦਾ ਅਤੇ ਉਸ ਤੋਂ ਬਾਅਦ ਤੁਸੀਂ ਆਪਣੇ ਏਜੰਟ ਨੂੰ ਪੈਸੇ ਦਿਆ ਕਰੋ, ਕਿਉਂਕਿ ਕੋਈ ਵੀ ਸ਼ਿਓਰਟੀ ਨਹੀਂ ਹੁੰਦੀ ਕਿ ਤੁਹਾਡੇ ਜਿਹੜੇ ਪੇਪਰ ਆ ਨਿਕਲੂਗੇ ਜਾਂ ਨਹੀਂ। ਅਤੇ ਜੇਕਰ ਤੁਸੀਂ ਡੋਮੈਸਟਿਕ ਪੇਪਰ ਭਰਾਇਓ ਆ ਤਾਂ ਜਿਹੜੀ ਟਾਈਮਿੰਗ ਤੁਹਾਡੀ ਉਹ ਬਹੁਤ ਵਧੀਆ ਹੋਣੀ ਚਾਹੀਦੀ ਆ। ਜਿਵੇਂ ਕਿ ਇਹ ਵੀਰ ਨੇ ਭਰਾਏ ਹੈਗੇ ਆ ਤਰਵੀਜੋ ਤੋਂ, ਅਤੇ ਤਰਵੀਜੋ ਤੋਂ ਡੋਮੈਸਟਿਕ ਪੇਪਰਾਂ ਦਾ ਕੋਟਾ ਜਿਹੜਾ ਬਿਲਕੁਲ 60 ਕੋਟਾ ਆ, ਅਤੇ 9:10 ਇਹਨਾਂ ਦੀ ਟਾਈਮਿੰਗ ਆ, ਅਤੇ ਟਾਈਮਿੰਗ ਜਿਹੜੀ ਉਹ ਕਾਫੀ ਲੇਟ ਆ। ਅਤੇ ਜੇਕਰ ਤੁਹਾਡਾ ਏਜੰਟ ਤੁਹਾਡੇ ਕੋਲੋਂ ਪੈਸੇ ਮੰਗਦਾ ਤਾਂ ਤੁਸੀਂ ਜਿਹੜੇ ਉਹ ਪੈਸੇ ਨਾ ਦਿਓ, ਅਤੇ ਵੱਧ ਤੋਂ ਵੱਧ ਤੁਸੀਂ 1 ਮਹੀਨਾ ਹੋਰ ਵੇਟ ਕਰ ਲਓ। ਜੇਕਰ ਤੁਹਾਡਾ ਏਜੰਟ ਤੁਹਾਨੂੰ ਨਹੀਂ ਕੁਝ ਦੱਸਦਾ ਫਿਰ ਜਿਹੜਾ ਤੁਸੀਂ ਸਮਝੋਗੇ ਕੋਟੇ ਦੇ ਵਿੱਚ ਇਹ ਪੇਪਰ ਤੁਹਾਡੇ ਬਾਹਰ ਆ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਕੋਈ ਯੂਜ਼ਰ ਨੇਮ 'ਤੇ ਕਹਿੰਦੇ ਹੈਗੇ ਅਪੁਆਇੰਟਮੈਂਟ ਨਹੀਂ ਮਿਲ ਰਹੀ, ਕੀ ਕਰੀਏ ਦੱਸੋ, 2 ਮੰਥ ਰਹਿ ਗਏ ਆ ਨੂਲਾ ਉਸਤਾ ਐਕਸਪਾਇਰ ਹੋਣ ਨੂੰ, ਕਦੋਂ ਕੁ ਤੱਕ ਕਹਿੰਦੇ ਅਪੁਆਇੰਟਮੈਂਟ ਜਿਹੜੀ ਇਹ ਮਿਲ ਜੂਗੀ। ਅਤੇ ਜਿਵੇਂ ਕਿ ਆਪਾਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਜਿਹੜਾ ਕਾਫੀ ਪ੍ਰੋਬਲਮ ਚੱਲ ਰਹੀ ਹੈ ਇਸ ਵਕਤ ਅਪੁਆਇੰਟਮੈਂਟਾਂ ਦੀ, ਅਤੇ ਅਪੁਆਇੰਟਮੈਂਟਾਂ ਜਿਹੜੀਆਂ ਇਹ ਜਲਦੀ ਓਪਨ ਹੋ ਜਾਣੀਆਂ ਆ, ਪਰ ਜਿਹੜੀ ਫਿਕਰ ਤਾਂ ਲਗਭਗ ਸਾਰੇ ਵੀਰਾਂ ਨੂੰ ਹੁੰਦੀ ਆ ਕਿਉਂਕਿ ਇੰਨੇ ਪੈਸੇ ਵੀ ਲਾਏ ਹੁੰਦੇ ਆ, ਜੇਕਰ ਫਿਰ ਵੀ ਜੇਕਰ ਨਾ ਗੱਲ ਬਣੇ ਤਾਂ ਪ੍ਰੋਬਲਮ ਜਿਹੜੀ ਕਾਫੀ ਆਉਂਦੀ ਆ। ਅਸੀਂ ਸਮਝ ਸਕਦੇ ਹਾਂ ਤੁਹਾਡੇ ਹਾਲਾਤਾਂ ਨੂੰ, ਪਰ ਜਿਹੜੀਆਂ ਅਪੁਆਇੰਟਮੈਂਟਾਂ ਇਹ ਜਲਦੀ ਓਪਨ ਹੋ ਜਾਣੀਆਂ ਆ। ਅਤੇ ਜੇਕਰ ਤੁਸੀਂ ਕਿਸੇ ਨੂੰ ਕਿਹਾ ਆ ਅਪੁਆਇੰਟਮੈਂਟ ਲੈਣ ਦੇ ਲਈ ਤਾਂ ਸਭ ਤੋਂ ਵਧੀਆ ਗੱਲ ਆ, ਅਤੇ ਜੇਕਰ ਤੁਸੀਂ ਕਿਸੇ ਨੂੰ ਨਹੀਂ ਕਿਹਾ ਤਾਂ ਤੁਸੀਂ ਅਪੁਆਇੰਟਮੈਂਟ ਜਿਹੜੀ ਇਹ ਆਪ ਵੀ ਲੈ ਸਕਦੇ ਆ, ਅਤੇ ਅਪੁਆਇੰਟਮੈਂਟਾਂ ਜਿਹੜੀਆਂ ਜਲਦੀ ਓਪਨ ਹੋ ਜਾਣੀਆਂ ਅਤੇ ਤੁਸੀਂ ਧਿਆਨ ਜਿਹੜਾ ਉਹ ਜ਼ਰੂਰ ਰੱਖਿਓ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਬਾਦਣ ਹੈਪੀ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ YGCO ਸਿਟੀ ਦੀ ਸਾਈਟ ਜਿਹੜੀ ਬਲੌਕ ਹੋਈ ਸੀਗੀ ਜਾਂ ਨਹੀਂ। ਅਤੇ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਾਈਟ ਜਿਹੜੀ ਆ ਲਗਭਗ ਥੋੜ੍ਹੇ ਥੋੜ੍ਹੇ ਸਮੇਂ ਦੇ ਲਈ ਹੀ ਬਲੌਕ ਰਹੀ ਆ, ਇੱਦਾਂ ਨਹੀਂ ਹੈਗਾ ਕਿ ਸਾਈਟ ਜਿਹੜੀ ਆ ਲਗਭਗ 9 ਤੋਂ ਲੈ ਕੇ 9:10 ਤੱਕ ਸਾਈਟ ਬਲੌਕ ਰਹੀ ਹੋਊਗੀ, ਇੱਦਾਂ ਨਹੀਂ ਹੈਗਾ। ਕੁਝ ਇੱਕ ਅੱਧੇ ਮਿੰਟ ਲਈ ਵੱਧ ਤੋਂ ਵੱਧ ਜਿਹੜੀ ਇਹ ਸਾਈਟ ਬਲੌਕ ਰਹੀ ਹੋਊਗੀ, ਉਸ ਤੋਂ ਵੱਧ ਨਹੀਂ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ Bari TV Official ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ 18/3/2024 ਨੂੰ ਜਿਹੜੇ ਸਾਲ ਵਾਲੇ ਪੇਪਰ ਸੀਗੇ ਇਹਨਾਂ ਨੇ ਭਰਾਏ ਸੀਗੇ, ਅਤੇ ਟਾਈਮਿੰਗ ਹੈਗੀ ਆ 9:05:09, ਅਤੇ ਮਿਲਾਨ ਸਿਟੀ ਤੋਂ ਕਹਿੰਦੇ ਕੋਈ ਚਾਂਸ ਹੈਗਾ ਆ ਦੱਸਿਓ ਜ਼ਰੂਰ। ਅਤੇ ਮਿਲਾਨ ਸਿਟੀ ਦੇ ਵਿੱਚੋਂ ਇਹਨਾਂ ਨੇ ਜਿਹੜੇ ਉਹ ਸਾਲ ਵਾਲੇ ਪੇਪਰ ਭਰਾਏ ਆ, ਅਤੇ ਮਿਲਾਨ ਦੇ ਵਿੱਚੋਂ ਸਾਲ ਵਾਲੇ ਪੇਪਰਾਂ ਦਾ ਕੋਟਾ ਹੈਗਾ ਜੀ 1350, ਅਤੇ ਟਾਈਮਿੰਗ ਤੁਹਾਡੀ ਥੋੜ੍ਹੀ ਜਿਹੀ ਲੇਟ ਆ, ਪਰ ਕੋਈ ਚੱਕਰ ਵਾਲੀ ਗੱਲ ਨਹੀਂ ਕਿਉਂਕਿ ਕੋਟਾ ਜਿਹੜਾ ਬਹੁਤ ਜ਼ਿਆਦਾ ਹੈ, ਪੇਪਰ ਤੁਹਾਡੇ ਉਹ ਜ਼ਰੂਰ ਨਿਕਲੂਗੇ। ਅਤੇ ਜਦੋਂ ਵੀ ਕੋਈ ਵੀ ਵੀਰ ਦੇ ਪੇਪਰ ਨਿਕਲੇ ਹੁੰਦੇ ਆ, ਭਾਵੇਂ ਉਹ ਦਸੰਬਰ ਵਾਲੇ ਆ ਅਤੇ ਭਾਵੇਂ ਉਹ ਮਾਰਚ ਵਾਲੇ ਆ, ਅਤੇ ਸਾਡੇ ਨਾਲ ਜਿਹੜਾ ਤੁਸੀਂ ਇੱਕ ਵਾਰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਹਰ ਇੱਕ ਆਪਣੇ ਵੀਰ ਨੂੰ ਜਿਹੜੀ ਆ ਇਨਫੋਰਮੇਸ਼ਨ ਮਿਲ ਸਕੇ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਸਚਿਨ, ਅਤੇ ਇਹਨਾਂ ਦਾ ਕਮੈਂਟ ਹੈਗਾ ਵੀ ਲੇਜੇ ਤੋਂ ਡੋਮੈਸਟਿਕ ਪੇਪਰ ਜਿਹੜੇ ਆ ਉਹ ਨਿਕਲ ਰਹੇ ਆ। ਹਾਂਜੀ, ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਲਗਭਗ ਜਿਹੜੇ ਸਾਰੇ ਇਟਲੀ ਦੇ ਜ਼ਿਲ੍ਹਿਆਂ ਦੇ ਵਿੱਚੋਂ ਇਹ ਡੋਮੈਸਟਿਕ ਪੇਪਰ ਹੁਣ ਨਿਕਲਣੇ ਜਿਹੜੇ ਉਹ ਸ਼ੁਰੂ ਹੋ ਚੁੱਕੇ ਆ, ਅਤੇ ਕਾਫੀ ਵੀਰਾਂ ਨੇ ਜਿਨ੍ਹਾਂ ਦੇ ਮਾਲਕਾਂ ਨੇ ਪਹਿਲੇ ਜਿਹੜੇ ਆ ਸਹੀ ਪੇਪਰ ਜਮ੍ਹਾਂ ਕਰਾਏ ਸੀਗੇ, ਅਤੇ ਉਹਨਾਂ ਦੇ ਕਾਫੀ ਵੀਰਾਂ ਦੇ ਪੇਪਰ ਜਿਹੜੇ ਆ ਨਿਕਲਿਆ ਅਤੇ ਉਹਨਾਂ ਨੂੰ ਮਿਲ ਵੀ ਚੁੱਕੇ ਆ।
ਅਤੇ ਜਿਨ੍ਹਾਂ ਦੇ ਹਜੇ ਤੱਕ ਨਹੀਂ ਮਿਲੇ ਟਾਈਮਿੰਗ ਵਧੀਆ, ਅਤੇ ਉਹਨਾਂ ਨੂੰ ਵੀ ਜਿਹੜੇ ਪੇਪਰ ਜਲਦੀ ਇਹ ਮਿਲ ਜਾਣੇ ਆ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਇਟਲੀ ਵਾਲੇ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਇੱਕ ਸਿਹਤ 'ਤੇ ਤੋਂ ਭਰੇ ਸੀਗੇ 9:04 ਅਤੇ 10 ਸੈਕਿੰਡ 'ਤੇ, ਅਤੇ ਪੇਪਰ ਇਹਨਾਂ ਦੇ ਹੈਗੇ 9 ਮਹੀਨੇ ਵਾਲੇ ਜਿਹੜੇ ਮਾਰਚ ਮਹੀਨੇ ਭਰ ਹੋਏ ਸੀਗੇ। ਕਹਿੰਦੇ ਕੀ ਚਾਂਸ ਹੈਗੇ ਆ? ਹਾਂਜੀ ਬਿਲਕੁਲ, ਤੁਹਾਡੇ ਚਾਂਸ ਹੈਗੇ ਆ ਜੀ ਪੇਪਰ ਨਿਕਲਣ ਦੇ, ਕਿਉਂਕਿ ਕਾਫੀ ਆਪਣੇ ਵੀਰਾਂ ਭਰਾਵਾਂ ਦੇ ਇੱਕ ਸਿਹਤ 'ਤੇ ਤੋਂ ਜਿਹੜੇ ਉਹ ਪੇਪਰ ਨਿਕਲ ਵੀ ਚੁੱਕੇ ਆ। ਅਤੇ ਇੱਕ ਆਪਣੇ ਵੀਰ ਨੇ ਪਹਿਲਾਂ ਆਪਣਾ ਨਾਲ ਸ਼ੇਅਰ ਕੀਤਾ ਸੀਗਾ, ਜਿਨ੍ਹਾਂ ਦਾ ਨਾਮ ਹੈਗਾ ਜੀ ਜੱਸਾ, ਕਸੇਤ 'ਤੇ ਤੋਂ ਨਿਕਲੇ ਸੀਗੇ 9:01 'ਤੇ। ਅਤੇ ਇੱਕ ਹੋਰ ਪੇਪਰ ਨਿਕਲੇ ਸੀਗੇ ਕਸੇਤ 'ਤੇ ਤੋਂ, ਉਹਨਾਂ ਦਾ ਨਾਮ ਹੈਗਾ ਕਿਰਤ ਖਹਿਰਾ, ਕਸੇਤ 'ਤੇ ਤੋਂ ਟਾਈਮ ਹੈਗੀ ਆ 9:23 'ਤੇ 35 ਸੈਕਿੰਡ 'ਤੇ ਇਹਨਾਂ ਦੇ ਜਿਹੜੇ ਉਹ ਪੇਪਰ ਨਿਕਲੇ ਸੀਗੇ। ਅਤੇ ਕਾਫੀ ਵੀਰਾਂ ਦੇ ਜਿਹੜੇ ਆ ਪੇਪਰ ਉਹ ਨਿਕਲ ਵੀ ਚੁੱਕੇ ਆ, ਅਤੇ ਕਾਫੀ ਵੀਰਾਂ ਦੇ ਜਿਹੜੇ ਹਜੇ ਨਿਕਲਣ ਤੋਂ ਪਏ ਵੀ ਆ। ਅਤੇ ਕਸੇਤ 'ਤੇ ਦੇ ਵਿੱਚੋਂ ਜਿਹੜਾ 9 ਮਹੀਨੇ ਵਾਲੇ ਪੇਪਰਾਂ ਦਾ ਕੋਟਾ ਆ, ਜਿਹੜੇ ਮਾਰਕ ਵੱਲੋਂ ਪੇਪਰ ਭਰ ਹੋਣੇ ਸੀਗੇ ਉਹਦਾ ਕੋਟਾ ਹੈਗਾ ਜੀ 150, ਅਤੇ ਜਿਹੜੇ ਐਗਰੀਕਲਚਰ ਏਜੰਸੀ ਆ ਵੱਲੋਂ ਉਹਦਾ ਕੋਟਾ ਹੈਗਾ ਜੀ 250। ਅਤੇ ਜੇਕਰ ਇਸ ਵਾਰ ਤੁਹਾਡਾ ਜਿਹੜਾ ਕੋਟੇ ਵਿੱਚ ਨਾਂ ਨਹੀਂ ਆਇਆ, ਤਾਂ ਜਿਹੜੀ ਇੱਕ ਹੋਰ ਲਿਸਟ 9 ਮਹੀਨੇ ਵਾਲੇ ਪੇਪਰਾਂ ਦੇ ਲਈ ਜਾਰੀ ਹੋਊਗੀ, ਉਹਦੇ ਵਿੱਚ ਤੁਹਾਡਾ ਨਾਂ ਜਿਹੜਾ ਉਹ ਜ਼ਰੂਰ ਆ ਸਕਦਾ, ਅਤੇ ਹਜੇ ਥੋੜ੍ਹੀ ਜਿਹੀ ਤੁਸੀਂ ਵੇਟ ਕਰ ਸਕਦੇ ਆ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਹੈ ਜੀ ਬਲਜਿੰਦਰ ਸਿੰਘ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਵੀਰ ਰੋਮਾ ਤੋਂ ਸਾਲ ਵਾਲੇ ਪੇਪਰ ਇਹਨਾਂ ਨੇ ਭਰੇ ਸੀਗੇ, ਟਾਈਮਿੰਗ ਹੈਗੀ ਆ 9:13:56। ਕਹਿੰਦੇ ਉਮੀਦ ਹੈਗੀ ਆ ਜਾਂ ਨਹੀਂ? ਹਾਂਜੀ ਬਿਲਕੁਲ ਜੀ, ਉਮੀਦ ਹੈਗੀ ਆ, ਕਿਉਂਕਿ ਹਜੇ ਥੋੜ੍ਹੇ ਸਮੇਂ ਪਹਿਲਾਂ ਹੀ ਆਪਣੇ ਇੱਕ ਵੀਰ ਨੇ ਆਪਾਂ ਨਾਲ ਸ਼ੇਅਰ ਕੀਤਾ ਸੀਗਾ, ਅਤੇ ਉਹਨਾਂ ਦੇ ਪੇਪਰ ਰੋਮਾ ਤੋਂ ਨਿਕਲੇ ਸੀਗੇ ਸਾਲ ਵਾਲੇ, ਅਤੇ ਟਾਈਮਿੰਗ ਸੀਗੀ 9:10 ਦੇ ਕਰੀਬ। ਅਤੇ ਕਿਉਂਕਿ ਰੋਮਾ ਦਾ ਜਿਹੜਾ ਕੋਟਾ ਆ ਸਾਲ ਵਾਲੇ ਪੇਪਰਾਂ ਦੇ ਲਈ ਬਹੁਤ ਆ 2024 ਦੇ ਲਈ, ਅਤੇ ਸਾਲ ਵਾਲੇ ਪੇਪਰਾਂ ਦੇ ਲਈ ਰੋਮਾ ਤੋਂ ਕੋਟਾ ਹੈਗਾ ਜੀ 2000। ਟਾਈਮਿੰਗ ਤੁਹਾਡੀ ਲੇਟ ਜ਼ਰੂਰ ਆ, ਤੁਹਾਡੇ ਜਿਹੜੇ ਪਰ ਨਿਕਲਣ ਦੇ ਚਾਂਸ ਜਿਹੜੇ ਕਾਫੀ ਜ਼ਿਆਦਾ ਆ। ਆਪਾਂ ਉਮੀਦ ਕਰਦੇ ਹਾਂ ਕਿ ਤੁਹਾਡੇ ਜਿਹੜੇ ਪੇਪਰ ਆ ਉਹ ਜ਼ਰੂਰ ਨਿਕਲਣ, ਅਤੇ ਜਦੋਂ ਵੀ ਤੁਹਾਡੇ ਪੇਪਰ ਨਿਕਲਦੇ ਆ ਤੁਸੀਂ ਸਾਡੇ ਨਾਲ ਇੱਕ ਵਾਰ ਜ਼ਰੂਰ ਸਾਂਝਾ ਕਰ ਦਿਓ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਜੋਗਾ ਸਿੰਘ ਜੋਗਾ ਮਹਿਰਾ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਭਾਅ ਜੀ ਮੇਰੇ ਪੇਪਰ ਸਾਲ ਵਾਲੇ ਸੀਗੇ, ਕੋਟੇ ਵਿੱਚ ਆ ਚੁੱਕੇ ਆ, ਨਿਕਲੂਗੇ ਜਾਂ ਨਹੀਂ? ਹਾਂਜੀ ਬਿਲਕੁਲ, ਜੇਕਰ ਤੁਹਾਡੇ ਪੇਪਰ ਕੋਟੇ ਵਿੱਚ ਆਏ ਆ ਤਾਂ ਜਲਦੀ ਤੁਹਾਨੂੰ ਜਿਹੜੇ ਉਹ ਪੇਪਰ ਮਿਲ ਜਾਣੇ ਆ। ਅਤੇ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਜੇਕਰ ਤੁਹਾਡੇ ਮਾਲਕ ਨੂੰ ਈਮੇਲ ਆਈ ਆ ਤਾਂ ਤੁਹਾਡੇ ਜਿਹੜੇ ਆ ਪੇਪਰ ਉਹ ਜਮ੍ਹਾਂ ਕਰਾਊਗਾ, ਉਸ ਤੋਂ ਬਾਅਦ ਜਿਹੜਾ ਤੁਹਾਨੂੰ ਨੁੱਲਾ ਉਸਤਾ ਮਿਲ ਜਾਣਾ ਆ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਪ੍ਰਦੀਪ ਪੰਧੇਰ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਰੋਮਾ ਤੋਂ ਅਪਡੇਟ ਦੱਸੋ ਸਾਲ ਵਾਲੇ ਪੇਪਰਾਂ ਦੀ। ਅਤੇ ਰੋਮਾ ਤੋਂ ਸਾਲ ਵਾਲੇ ਪੇਪਰ ਨਿਕਲ ਰਹੇ ਆ, ਅਤੇ ਕੋਟਾ ਜਿਹੜਾ ਬਹੁਤ ਜ਼ਿਆਦਾ ਆ 2000 ਕੋਟਾ ਆ, ਅਤੇ ਪੇਪਰ ਜਿਹੜੇ ਉਹ ਜ਼ਰੂਰ ਨਿਕਲੂਗੇ ਰੋਮਾ ਤੋਂ। ਅਤੇ ਜੇਕਰ ਟਾਈਮਿੰਗ ਤੁਹਾਡੀ ਵਧੀਆ, ਟਾਈਮਿੰਗ ਥੋੜ੍ਹੀ ਬਹੁਤੀ ਲੇਟ ਵੀ ਆ, ਤਾਂ ਪੇਪਰ ਜਿਹੜੇ ਨਿਕਲਣ ਦੇ ਕਾਫੀ ਚਾਂਸ ਆ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਮੋਹਨ ਮੋਹਨ ਸਿੰਘ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ 9 ਮਹੀਨੇ ਵਾਲੇ ਇਹਨਾਂ ਦੇ ਪੇਪਰ ਸੀਗੇ ਸੀਈ ਤੋਂ। ਸੀਈ ਦਾ ਮਤਲਬ ਹੁੰਦਾ ਹੈਗਾ ਜੀ ਕਸੇਰ ਤਾਂ 9 ਮਹੀਨੇ ਵਾਲੇ ਪੇਪਰ, ਟਾਈਮਿੰਗ 9:24। ਅਤੇ ਜਿਵੇਂ ਕਿ ਆਪਾਂ ਤੁਹਾਡੇ ਨਾਲ ਪਹਿਲਾਂ ਵੀ ਸ਼ੇਅਰ ਕੀਤਾ ਸੀਗਾ ਕਿ ਕਾਫੀ ਵੀਰਾਂ ਦੇ ਜਿਹੜੇ ਪੇਪਰ ਉਹ ਨਿਕਲ ਚੁੱਕੇ ਆ ਕਸੇਰਤੇ ਦੇ ਵਿੱਚੋਂ, ਅਤੇ ਹੁਣ ਤੁਹਾਨੂੰ ਜਿਹੜੀ ਆ ਸੈਕਿੰਡ ਲਿਸਟ ਦੀ ਜਿਹੜੀ ਆ ਤੁਹਾਨੂੰ ਵੇਟ ਕਰਨੀ ਪਊਗੀ, ਉਹਦੇ ਵਿੱਚ ਤੁਹਾਡਾ ਨਾਂ ਆ ਸਕਦਾ, ਪਰ ਟਾਈਮਿੰਗ ਜਿਹੜੀ ਤੁਹਾਡੀ ਕਾਫੀ ਜ਼ਿਆਦਾ ਲੇਟ ਆ। ਅਤੇ ਆਪਣੇ ਏਜੰਟ ਨੂੰ ਜਿਹੜਾ ਪੈਸੇ ਹਜੇ ਨਾ ਦਿਓ, ਜਦੋਂ ਤੁਹਾਨੂੰ ਨੂਲਾ ਉਸਤਾ ਮਿਲ ਗਿਆ ਉਸ ਤੋਂ ਬਾਅਦ ਤੁਸੀਂ ਆਪਣੇ ਏਜੰਟ ਨੂੰ ਪੈਸੇ ਦਿਓ, ਕਿਉਂਕਿ ਟਾਈਮਿੰਗ ਲੇਟ ਹੋਣ ਦੇ ਕਰਕੇ ਥੋੜ੍ਹੇ ਜਿਹੇ ਚਾਂਸ ਆ ਘੱਟ ਜਾਂਦੇ ਪੇਪਰ ਨਿਕਲਣ ਦੇ। ਅਤੇ ਬਾਕੀ ਕਿਸਮਤ ਦੇ ਉੱਤੇ ਆ, ਜਿਨ੍ਹਾਂ ਵੀਰਾਂ ਦੀ ਕਿਸਮਤ ਕਾਫੀ ਤੇਜ਼ ਆ ਅਤੇ ਪੇਪਰ ਜਿਹੜੇ ਉਹਨਾਂ ਦੇ ਲੇਟ ਟਾਈਮਿੰਗ ਵਾਲੇ ਵੀ ਜਿਹੜੇ ਉਹ ਨਿਕਲ ਜਾਂਦੇ ਆ। ਅਤੇ ਇਸ ਤੋਂ ਬਾਅਦ ਕਮੈਂਟ ਹੈਗਾ ਜੀ ਰੋਬਿਨ ਸਮਰੀਆ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਭਾਈ ਲੇਜੇ ਦਾ ਕਿੰਨਾ ਕੋਟਾ ਹੈ 18 ਮਾਰਚ ਵਾਲਾ? ਅਤੇ 18 ਮਾਰਚ ਨੂੰ ਜਿਵੇਂ ਕਿ ਸਾਲ ਵਾਲੇ ਪੇਪਰ ਭਰਾਏ ਹੋਏ ਸੀਗੇ, ਅਤੇ ਲੇਜੇ ਦੇ ਵਿੱਚੋਂ ਸਾਲ ਵਾਲੇ ਪੇਪਰਾਂ ਦਾ ਕੋਟਾ ਹੈਗਾ ਜੀ 130, ਅਤੇ ਸਾਲ ਵਾਲੇ ਪੇਪਰ ਲੇਜੇ ਦੇ ਵਿੱਚੋਂ ਜਿਹੜੇ ਉਹ ਨਿਕਲਣੇ ਸ਼ੁਰੂ ਹੋ ਚੁੱਕੇ ਆ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਰੀਅਲ ਲਾਈਫ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਬਲੋਨੀਆ 9:03 ਸਪਿਟ ਆਈ ਡੀ ਵਿੱਚ, ਕਹਿੰਦੇ ਪੇਪਰ ਜਿਹੜੇ ਆ ਸ਼ੋਅ ਨਹੀਂ ਹੋ ਰਹੇ, ਕਹਿੰਦੇ ਕਿੰਨੇ ਚਾਂਸ ਆ ਪੇਪਰ ਨਿਕਲਣ ਦੇ?
ਅਤੇ ਇਸ ਤਰੀਕੇ ਨਾਲ ਜਿਹੜਾ ਬਿਲਕੁਲ ਵੀ ਨਹੀਂ ਹੋ ਸਕਦਾ ਕਿ ਜਿਹੜੇ ਤੁਹਾਡੀ ਸਪੇਡਾਈ ਦੇ ਨਾਲ ਜਿਹੜੇ ਸਪੇਡਾਈ ਦੇ ਨਾਲ ਪੇਪਰ ਭਰ ਹੋਏ ਆ ਉਹੀ ਸਪੇਡਾਈ ਦੇ ਨਾਲ ਚੈੱਕ ਕਰਨਾ ਆ, ਅਤੇ ਉਹਦੇ ਵਿੱਚ ਇੱਦਾਂ ਨਹੀਂ ਹੋ ਸਕਦਾ ਕਿ ਤੁਹਾਡੇ ਪੇਪਰ ਜਿਹੜੇ ਆ ਨਾ ਸ਼ੋ ਹੋਣ, ਭਾਵੇਂ ਉਹ ਨਿਕਲਣੇ ਆ ਕੋਟੇ ਵਿੱਚ ਆਏ ਆ ਨਹੀਂ ਆਏ, ਇਹ ਜਿਹੜਾ ਸਾਰਾ ਉੱਥੇ ਆ ਜਾਣਾ ਕਿ ਪੇਪਰ ਜਿਹੜੇ ਆ ਕੋਟੇ ਤੋਂ ਬਾਹਰ ਆ ਜਾਂ ਵਿੱਚ ਆ, ਸਾਰਾ ਪ੍ਰੋਸੈਸ ਆ ਕਿੱਥੇ ਕੁ ਤੱਕ ਪਹੁੰਚਿਆ ਪੇਪਰਾਂ ਦਾ ਸਾਰਾ ਜਿਹੜਾ ਉੱਥੇ ਸ਼ੋ ਹੋ ਜਾਣਾ ਆ। ਅਤੇ ਜਿਹੜਾ ਇੱਦਾਂ ਨਹੀਂ ਹੋ ਸਕਦੀ ਕਿ ਤੁਹਾਡੇ ਜਿਹੜੇ ਪੇਪਰ ਆ ਸਪੇਡ ਆਈ ਡੀ ਦੇ ਵਿੱਚ ਨਾ ਸ਼ੋ ਹੋਣ, ਪੇਪਰ ਨਿਕਲਣੇ ਆ ਨਹੀਂ ਨਿਕਲਣੇ ਉਹ ਬਾਅਦ ਦੀ ਗੱਲ ਆ। ਅਤੇ ਇਸ ਤੋਂ ਬਾਅਦ ਹੈਗਾ ਜੀ ਅਗਲਾ ਕਮੈਂਟ ਰਣਜੋਤ ਕੁਮਾਰ ਵੱਲੋਂ, ਇਹਨਾਂ ਦਾ ਕਮੈਂਟ ਹੈਗਾ ਭਾਅ ਜੀ ਲਤੀਨਾ ਤੋਂ 9 ਮੰਥ ਵਾਲੇ 2023 ਵਿੱਚ ਕਹਿੰਦੇ ਪੇਪਰ ਭਰੇ ਸੀਗੇ ਅਤੇ ਟਾਈਮਿੰਗ ਹੈਗੀ ਆ 9:20 'ਤੇ ਕਲਿੱਕ ਹੋਏ ਸੀਗੇ, ਕਹਿੰਦੇ ਕਿੰਨੇ ਕੁ ਚਾਂਸ ਹੈਗੇ ਆ ਪੇਪਰ ਨਿਕਲਣ ਦੇ। ਅਤੇ ਹੋ ਸਕਦਾ ਹੈ ਕਿ ਟਾਈਮਿੰਗ ਦੇ ਹਿਸਾਬ ਦੇ ਨਾਲ ਤੁਹਾਡੇ ਜਿਹੜੇ ਆ ਪਹਿਲੀ ਲਿਸਟ ਦੇ ਵਿੱਚ ਜਿਹੜਾ ਪੇਪਰਾਂ ਦੇ ਵਿੱਚ ਨਾ ਆਇਆ ਹੋਵੇ, ਪਰ ਇਸ ਵਾਰ ਜਿਹੜਾ ਸਰਕਾਰ ਨੇ ਹੋਰ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ 2023 ਵਾਲੇ ਪੇਪਰਾਂ ਦੇ ਲਈ ਇੱਕ ਹੋਰ ਲਿਸਟ ਜਿਹੜੀ ਸਰਕਾਰ ਨੇ ਜਾਰੀ ਕੀਤੀ ਸੀਗੀ ਜਿਹਦੇ ਵਿੱਚ 9 ਮਹੀਨੇ ਵਾਲੇ ਪੇਪਰ, ਸਾਲ ਵਾਲੇ ਪੇਪਰ ਅਤੇ ਡੋਮੈਸਟਿਕ ਪੇਪਰਾਂ ਦੇ ਲਈ ਜਿਹੜਾ ਕੋਟਾ ਵੰਡਿਆ ਸੀਗਾ। ਅਤੇ ਇਸ ਵਾਰ ਜਿਹੜਾ ਲਤੀਨਾ ਦੇ ਲਈ ਜਿਹੜਾ ਕੋਟਾ ਵੰਡਿਆ ਗਿਆ ਆ 9 ਮਹੀਨੇ ਵਾਲੇ ਪੇਪਰਾਂ ਦੇ ਲਈ ਉਹ ਹੈਗਾ ਜੀ 500। ਅਤੇ ਆਪਾਂ ਉਮੀਦ ਕਰਦੇ ਹਾਂ ਕਿ ਇਸ ਵਾਰ ਜਿਹੜਾ ਤੁਹਾਡਾ ਕੋਟੇ ਵਿੱਚ ਨਾ ਆ ਜਾਵੇ, ਅਤੇ ਤੁਸੀਂ ਆਪਣੇ ਏਜੰਟ ਨੂੰ ਇੱਕ ਵਾਰ ਜ਼ਰੂਰ ਪੁੱਛ ਲਿਓ ਕਿ ਤੁਹਾਡਾ ਜਿਹੜਾ ਏਜੰਟ ਆ ਚੈੱਕ ਕਰਕੇ ਤੁਹਾਨੂੰ ਦੱਸ ਸਕਦਾ ਕਿ ਤੁਹਾਡੇ ਜਿਹੜੇ ਪੇਪਰ ਆ ਕੋਟੇ ਵਿੱਚ ਆਏ ਆ ਜਾਂ ਨਹੀਂ। ਅਤੇ ਜੇਕਰ ਪੇਪਰ ਕੋਟੇ ਵਿੱਚ ਆਏ ਆ ਤਾਂ ਤੁਹਾਡਾ ਜਿਹੜਾ ਕਾਫੀ ਚਾਂਸ ਆ ਤੁਹਾਡੇ ਪੇਪਰ ਨਿਕਲਣ ਦੇ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਕੋਈ ਯੂਜ਼ਰ ਨੇਮ 'ਤੇ, ਕਹਿੰਦੇ ਹੈਗੇ ਵੀਰ ਜੀ ਮੇਰੇ ਘਰ ਵਾਲੇ ਦੇ ਪੇਪਰ ਨਾਪੋਲੀ ਤੋਂ ਭਰੇ ਸੀਗੇ, ਨਾਪੋਲੀ ਦੀ ਜਾਣਕਾਰੀ ਦਿਓ। ਅਤੇ ਨਾਪੋਲੀ ਤੋਂ ਬਹੁਤ ਸਾਰੇ ਵੀਰਾਂ ਭਰਾਵਾਂ ਨੇ ਜਿਹੜੇ ਉਹ ਪੇਪਰ ਭਰਾਏ ਆ, ਅਤੇ 9 ਮਹੀਨੇ ਵਾਲੇ ਕਾਫੀ ਵੀਰਾਂ ਦੇ ਜਿਹੜੇ ਨਾਪੋਲੀ ਤੋਂ ਪੇਪਰ ਇਹ ਨਿਕਲ ਚੁੱਕੇ ਆ, ਅਤੇ ਜਿਹੜੇ ਸਾਲ ਵਾਲੇ ਅਤੇ ਡੋਮੈਸਟਿਕ ਪੇਪਰ ਇਹ ਵੀ ਹੁਣ ਨਿਕਲ ਰਹੇ ਆ ਨਾਪੋਲੀ ਤੋਂ। ਅਤੇ ਨਾਪੋਲੀ ਦੇ ਵਿੱਚ ਆਪਾਂ ਹੁਣ ਜੇ ਦੇਖ ਲਈਏ ਜਿਹੜਾ ਕੋਟਾ ਆ, ਜਿਹੜੇ ਤਾਂ ਸਾਲ ਵਾਲੇ ਪੇਪਰਾਂ ਦਾ ਕੋਟਾ ਉਹ ਹੈਗਾ ਜੀ 1200, ਅਤੇ ਡੋਮੈਸਟਿਕ ਪੇਪਰਾਂ ਦਾ ਕੋਟਾ ਵੀ ਕਾਫੀ ਜ਼ਿਆਦਾ ਇਹ ਹੈਗਾ ਜੀ 550, ਅਤੇ 9 ਮਹੀਨੇ ਵਾਲੇ ਐਗਰੀਕਲਚਰ ਏਜੰਸੀਆਂ ਵੱਲੋਂ 750 ਕੋਟਾ, ਅਤੇ ਜਿਹੜੇ ਮਾਰਕ ਵੱਲੋਂ ਭਰ ਹੋਣੇ ਆ ਉਹ ਕੋਟਾ ਹੈਗਾ 650। ਅਤੇ ਕਾਫੀ ਚਾਂਸ ਹੁੰਦੇ ਆ ਜਿਹੜੇ ਆਪਣੇ ਵੀਰਾਂ ਭਰਾਵਾਂ ਨੇ ਨਾਪੋਲੀ ਤੋਂ ਪੇਪਰ ਭਰਾਏ ਆ ਜੇਕਰ ਤੁਹਾਡੀ ਟਾਈਮਿੰਗ ਵਧੀਆ ਆ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਗੁਰਤੇਜ ਸਿੰਘ ਵੱਲੋਂ, ਕਹਿੰਦੇ ਹੈਗੇ ਆ ਬਾਈ ਜੀ 6 ਜਨਵਰੀ ਨੂੰ ਕਹਿੰਦੇ ਨੂਲਾ ਉਸਤਾ ਨਿਕਲ ਆਇਆ ਸੀਗਾ ਪਰ ਅਪੁਆਇੰਟਮੈਂਟ ਹਜੇ ਤੱਕ ਕਹਿੰਦੇ ਨਹੀਂ ਮਿਲੀ, ਕਦੋਂ ਕੁ ਤੱਕ ਜਿਹੜੀ ਅਪੁਆਇੰਟਮੈਂਟ ਮਿਲ ਸਕਦੀ ਆ? ਅਤੇ ਅਪੁਆਇੰਟਮੈਂਟ ਜਿਹੜੀ ਆ ਇਸ ਹਫ਼ਤੇ ਪੂਰੀ ਉਮੀਦ ਆ ਕਿ ਅਪੁਆਇੰਟਮੈਂਟ ਜਿਹੜੀ ਆ ਜ਼ਰੂਰ ਮਿਲੂਗੀ, ਅਤੇ ਜੇ ਇਸ ਹਫ਼ਤੇ ਨਹੀਂ ਤਾਂ ਅਗਲੇ ਹਫ਼ਤੇ ਦਾ ਜਿਹੜਾ ਉਹ ਪੱਕਾ ਜਿਹੜੀ ਅਪੁਆਇੰਟਮੈਂਟ ਓਪਨ ਹੋਊਗੀ। ਅਤੇ ਆਪਾਂ ਵੀ ਇਹੀ ਉਮੀਦ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਅਪੁਆਇੰਟਮੈਂਟਾਂ ਜਿਹੜੀਆਂ ਇਹ ਓਪਨ ਹੋਣ, ਕਿਉਂਕਿ ਕਾਫੀ ਵੀਰ ਭਰਾ ਆ ਜਿਨ੍ਹਾਂ ਦੇ ਨੂਲੇ ਉਸਤੇ ਜਿਹੜੇ ਐਕਸਪਾਇਰ ਹੋਣ ਤੱਕ ਆ ਚੁੱਕੇ ਆ। ਅਤੇ ਨੂਲੇ ਉਸਤੇ ਦੀ ਐਕਸਪਾਇਰੀ ਡੇਟ ਜਦੋਂ ਤੁਹਾਡਾ ਨੂਲਾ ਉਸਤਾ ਜਿਹੜਾ ਇਸ਼ੂ ਹੋ ਜਾਂਦਾ ਉਸ ਤੋਂ 6 ਮਹੀਨੇ ਬਾਅਦ ਦੀ ਐਕਸਪਾਇਰੀ ਡੇਟ ਹੁੰਦੀ ਆ। ਅਤੇ ਇਸ ਵਾਰ ਜਿਹੜੀਆਂ ਅਪੁਆਇੰਟਮੈਂਟਾਂ ਨਾ ਓਪਨ ਹੋਣ ਕਰਕੇ ਕਾਫੀ ਆਪਣੇ ਵੀਰ ਭਰਾ ਜਿਹੜੇ ਉਹ ਖੱਜਲ ਹੋ ਰਹੇ ਆ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਨਵੀਨ ਕੁਮਾਰ ਕੁਮਾਰ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ 25 ਮਾਰਚ ਵਾਲੀ ਦੂਸਰੀ ਲਿਸਟ ਆਏਗੀ ਕਿਆ ਨਹੀਂ? ਹਾਂਜੀ ਬਿਲਕੁਲ, 25 ਮਾਰਚ ਵਾਲੇ ਜਿਹੜੇ 9 ਮਹੀਨੇ ਵਾਲੇ ਪੇਪਰ ਸੀਗੇ 2024 ਦੇ ਲਈ, ਉਹਨਾਂ ਦੀ ਲਿਸਟ ਇੱਕ ਜਿਹੜੀ ਆ ਹੋਰ ਜਾਰੀ ਹੋਊਗੀ, ਪਰ ਇਹ ਹਜੇ ਕੋਈ ਵੀ ਪੱਕੀ ਤਰੀਕ ਨਹੀਂ ਹੈਗੀ ਕਿ ਕਦੋਂ ਇਹ ਲਿਸਟ ਆਉਣੀ ਆ। ਕਦੋਂ ਵੀ ਇਹ ਲਿਸਟ ਜਿਹੜੀ ਆ ਸਰਕਾਰ ਅਪਲੋਡ ਕਰ ਸਕਦੀ ਆ, ਅਤੇ ਜਦੋਂ ਵੀ ਇਸ ਲਿਸਟ ਬਾਰੇ ਆਪਾਂ ਨੂੰ ਕੋਈ ਵੀ ਜਾਣਕਾਰੀ ਮਿਲਦੀ ਤਾਂ ਆਪਾਂ ਤੁਹਾਡੇ ਨਾਲ ਜਿਹੜੀ ਉਹ ਜ਼ਰੂਰ ਸ਼ੇਅਰ ਕਰਾਂਗੇ। ਅਤੇ ਇਸ ਕਰਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਿਹੜਾ ਉਹ ਜ਼ਰੂਰ ਕਰ ਲਿਓ, ਅਤੇ ਘੰਟੀ ਵਾਲੇ ਬਟਨ ਨੂੰ ਵੀ ਜਿਹੜਾ ਆਲ 'ਤੇ ਜ਼ਰੂਰ ਪ੍ਰੈਸ ਕਰ ਲਿਆ ਕਰੋ ਤਾਂ ਜੋ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਅਤੇ ਨਵੀਂ ਤੋਂ ਨਵੀਂ ਅਪਡੇਟ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ। ਹਾਂਜੀ, ਅਤੇ ਸੀ ਆਪਣੀ ਅੱਜ ਦੀ ਇਹ ਵੀਡੀਓ, ਅਤੇ ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ। ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ, ਅਤੇ ਕਮੈਂਟ ਕਰਕੇ ਤੁਸੀਂ ਕੋਈ ਆਪਣਾ ਵੀ ਸਵਾਲ ਜਵਾਬ ਪੁੱਛ ਸਕਦੇ ਹਾਂ, ਅਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਵੀ ਕਮੈਂਟ ਦਾ ਜਿਹੜਾ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਅਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ, ਅਤੇ ਹੁਣ ਜਲਦੀ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਦੇ ਵਿੱਚ।